ਤੇ ਦੇਖ ਰਹੇ ਹੋ ਜਸ ਟੀਵੀ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਕਿਸਾਨ ਸੜਕਾਂ ਤੇ ਆ, ਕਿਸਾਨ ਸਿਰ ਤੇ ਬੰਡਲ ਚੁੱਕੀ ਫਿਰਦਾ ਤੇ ਸਿਆਸਤਦਾਨ ਇਹਨਾਂ ਨੂੰ ਕਹਿੰਦੇ ਆ ਕਿ ਕਿਸਾਨਾਂ ਨੇ ਪੰਡ ਚੁੱਕੀ ਹੋਈ ਆ। ਕਿਸਾਨਾਂ ਦੇ ਸਿਰ ਤੇ ਕਰਜ਼ੇ ਦੀ ਪੰਡ ਬਹੁਤ ਵੱਡੀ ਹੈਗੀ ਆ ਤੇ ਸਿਆਸਤ ਕਹਿੰਦੀ ਆ, ਜਿਹੜੀ ਸੂਬਾ ਸਰਕਾਰ ਕਹਿੰਦੀ ਆ, ਸਾਡੇ ਤੇ ਕਰਜ਼ੇ ਦੀ ਪੰਡ ਬਹੁਤ ਵੱਡੀ ਹੈਗੀ ਆ। ਇਸ ਪੰਡ ਦੇ ਵਿੱਚ ਬਹੁਤ ਵੱਡੇ ਦੁੱਖੜੇ ਹੈਗੇ ਕਿਸਾਨਾਂ ਤੇ। ਉਹ ਲੈ ਕੇ ਗਵਰਨਰ ਦੇ ਕੋਲ ਪਹੁੰਚੇ, ਮੋਹਾਲੀ ਦੀਆਂ ਸੜਕਾਂ ਤੇ ਪਹੁੰਚੇ, ਚੰਡੀਗੜ੍ਹ ਦੀਆਂ ਸੜਕਾਂ ਤੇ ਪਹੁੰਚੇ। ਪ੍ਰਸ਼ਾਸਨ ਨੇ ਰੋਕਿਆ ਵੀ ਅਤੇ ਪ੍ਰਸ਼ਾਸਨ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਕਿਸਾਨ ਨਿਰਾਸ਼ ਵੀ ਨਜ਼ਰ ਆਏ, ਕਿਉਂਕਿ ਇੱਕ ਤਾਂ ਕੁਦਰਤ ਦਾ ਕਹਿਰ ਆ, ਗਰਮੀ ਪੈ ਰਹੀ ਆ, ਉੱਤੋਂ ਜਿਹੜੀ ਸਰਕਾਰ ਦੀ ਬੇਰੁਖੀ ਆ ਉਹ ਪਰੇਸ਼ਾਨ ਕਰ ਰਹੀ ਆ। ਅਤੇ ਇਹ ਪੰਡ ਚੁੱਕ ਕੇ ਗਵਰਨਰ ਹਾਊਸ ਪਹੁੰਚ ਕੇ ਅਤੇ ਉੱਥੇ ਮੈਮੋਰੈਂਡਮ ਦੇ ਦਿੱਤਾ। ਮੈਮੋਰੈਂਡਮ ਵਿੱਚ ਬਹੁਤ ਵੱਡੀਆਂ ਗੱਲਾਂ ਕਹੀਆਂ ਗਈਆਂ, ਗਊ ਸੈਸ ਦੀ ਗੱਲ ਕੀਤੀ ਗਈ, ਜਿਹੜਾ ਸਰਕਾਰ ਦਾ ਮੈਨੀਫੈਸਟੋ ਹੈ, ਕਾਂਗਰਸ ਦਾ ਮੈਨੀਫੈਸਟੋ ਹੈ, ਉਸ ਦੀ ਗੱਲ ਕੀਤੀ ਗਈ, ਜਿਹੜੇ ਵਾਅਦੇ ਕੀਤੇ ਗਏ ਸਰਕਾਰ ਬਣਨ ਤੋਂ ਬਾਅਦ ਇਹ ਵਾਅਦੇ ਪੂਰੇ ਕਰਾਂਗੇ, ਉਹਨਾਂ ਦੀ ਗੱਲ ਕੀਤੀ ਗਈ, ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਗੱਲ ਕੀਤੀ ਗਈ, ਅਤੇ ਹੋਰ ਕਈ ਮੁੱਦੇ ਉਹਦੇ ਵਿੱਚ ਚੱਕੇ ਗਏ। ਪਰ ਸਵਾਲ ਇਹ ਹੈ, ਅਸੀਂ ਇਹ ਪੁੱਛਾਂਗੇ, ਕਿਉਂਕਿ ਸਰਕਾਰ ਕਹਿੰਦੀ ਆ ਅਸੀਂ ਕਰਜ਼ੇ ਹੇਠ ਦੱਬੇ ਪਏ ਹਾਂ ਅਤੇ ਕਿਸਾਨ ਕਹਿੰਦਾ ਅਸੀਂ ਦੱਬੇ ਪਏ ਹਾਂ, ਅਸੀਂ ਸਵਾਲ ਪੁੱਛਾਂਗੇ ਕਿਸ ਦੀ ਪੰਡ ਭਾਰੀ। ਕਿਸਾਨੀ ਅਤੇ ਸਰਕਾਰ ਅੱਜ ਬਹਿਸ ਕਿਉਂ ਕਰ ਰਹੇ ਹਾਂ? ਬਹਿਸ ਇਸੇ ਕਰਕੇ ਕਰ ਰਹੇ ਹਾਂ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਸੌਂਪਿਆ। ਸਰਕਾਰ ਨੇ 1 ਲੱਖ ਕਰੋੜ ਤੋਂ ਵੱਧ ਦੇ ਖਰਚੇ 'ਚੋਂ ਸਿਰਫ 1,000 ਕਰੋੜ ਹੀ ਮਾਫ਼ ਕੀਤਾ। ਇਹ BKU ਰਾਜੇਵਾਲ ਦਾ ਦਾਅਵਾ ਹੈ। ਬਿਜਲੀ ਦਰਾਂ ਵਧਾ ਕੇ ਕਿਸਾਨਾਂ ਦੀ ਜੇਬ 'ਚੋਂ ਇਕੱਠੇ ਕੀਤੇ 1,200 ਕਰੋੜ ਤੋਂ ਵੱਧ ਰੁਪਏ। ਇਹ ਵੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਕਿਹਾ। ਰੇਤ ਅਤੇ ਨਸ਼ਾ ਮਾਫੀਆ ਦੀ ਭਾਈਵਾਲ ਬਣੀ ਨਜ਼ਰ ਆ ਰਹੀ ਹੈ ਕੈਪਟਨ ਸਰਕਾਰ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਸੂਬਾ ਸਰਕਾਰ ਦੇ ਵਾਅਦੇ ਵੀ ਵਫਾ ਨਹੀਂ ਹੋਏ। ਕਿਸਾਨਾਂ ਨੂੰ ਘੱਟੋ ਘੱਟ ਆਮਦਨ ਵਾਲਾ ਵਾਅਦਾ ਵੀ ਨਹੀਂ ਕੀਤਾ ਪੂਰਾ। ਅਵਾਰਾ ਪਸ਼ੂਆਂ ਕਰਕੇ ਉਜੜੀਆਂ ਫਸਲਾਂ, ਕਿਸਾਨਾਂ ਦੇ ਮਾੜੇ ਹਾਲ ਪਰ ਸਰਕਾਰ ਬਣੀ ਢੀਠ, ਇਹ ਵੀ ਇਲਜ਼ਾਮ ਲਗਾਏ ਜਾ ਰਹੇ ਆ। ਚੋਣ ਮਨੋਰਥ ਪੱਤਰ ਬਣੇ ਕਾਨੂੰਨੀ ਦਸਤਾਵੇਜ਼, ਨਾ ਅਹਿਲੀਅਤ ਕਰਨ ਵਾਲਿਆਂ ਖਿਲਾਫ਼ ਹੋਵੇ ਕਾਰਵਾਈ, ਇਹ ਵੀ ਮੰਗ ਕੀਤੀ ਜਾ ਰਹੀ। ਕਾਨੂੰਨੀ ਦਸਤਾਵੇਜ਼ ਇਸ ਨੂੰ ਕੋਸ਼ਿਸ਼ ਕੀਤਾ ਜਾਣਾ ਚਾਹੀਦਾ ਜਿਹੜਾ ਮੈਨੀਫੈਸਟੋ ਵਿੱਚ ਵਾਅਦੇ ਕੀਤੇ ਜਾਂਦੇ। ਕੈਪਟਨ ਨੂੰ ਵਾਅਦੇ ਵਫਾ ਕਰਨ ਦੇ ਦਿਓ ਹੁਕਮ, ਨਹੀਂ ਤਾਂ ਸਰਕਾਰ ਅਤੇ ਵਜ਼ੀਰਾਂ ਦਾ ਕਰਾਂਗੇ ਵਿਰੋਧ। ਇਹ ਵੀ ਮੈਮੋਰੈਂਡਮ ਵਿੱਚ ਗੱਲ ਕਹੀ ਗਈ ਹੈ ਕਿ ਕੈਪਟਨ ਨੂੰ ਵਾਅਦੇ ਵਫਾ ਕਰਨ ਦੇ ਹੁਕਮ ਦੇਣ ਗਵਰਨਰ ਸਾਹਿਬ, ਅਤੇ ਨਹੀਂ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ। ਵਿਰੋਧ ਤਾਂ ਪਹਿਲਾਂ ਤੋਂ ਵੀ ਚੱਲ ਰਿਹਾ ਹੈਗਾ, ਪਰ ਹੁਣ ਵਿਰੋਧ ਕਿਹੜੇ ਪੱਧਰ ਦਾ ਹੋਵੇਗਾ, ਕਿਉਂ ਹੋਵੇਗਾ, ਕਿਸ ਤਰੀਕੇ ਨਾਲ ਹੋਵੇਗਾ, ਇਹ ਸਾਰੇ ਸਵਾਲ ਅਸੀਂ ਪੁੱਛਾਂਗੇ ਜ਼ਰੂਰ। ਪਰ ਇਸ ਸਭ ਦੇ ਵਿਚਾਲੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਕਹਿ ਕੀ ਰਹੇ, ਪਹਿਲਾਂ ਸੁਣ ਲਈਏ। ਮੈਂ ਸਾਡੀ ਸਰਕਾਰ ਬਣੀ, ਇਹ ਸਾਰਾ ਕਰਜ਼ਾ ਮੈਂ ਦਊਂਗਾ, ਸਾਰਾ ਕਰਜ਼ਾ ਮਾਫ਼ ਕਰੂੰਗਾ। ਹੁਣ ਸਰਕਾਰ ਬਣ ਗਈ, ਹੁਣ ਉਹ ਘੁੰਟਰਾਂ ਲੱਭਦੇ ਨੇ, 2.5 ਏਕੜ ਦਾ ਕਰਨਾ, 2 ਲੱਖ ਤੱਕ ਕਰਨਾ। ਹੁਣ ਤੱਕ 1,000 ਕਰੋੜ ਦਾ ਕਰਜ਼ਾ ਮਾਫ਼ ਕੀਤਾ, 1.25 ਲੱਖ ਕਰੋੜ ਦਾ ਕਿਸਾਨਾਂ ਸਿਰ ਕਰਜ਼ਾ। ਜਦਕਿ ਦੂਜੇ ਪਾਸੇ ਅਸੀਂ ਗਵਰਨਰ ਨੂੰ ਕਿਹਾ ਵੀ ਬਿਜਲੀ ਦੇ ਬਿੱਲ 9 ਵਾਰੀ ਵਧਾ ਕੇ ਕਿਸਾਨਾਂ ਦੇ ਹਿੱਸੇ 1,200 ਕਰੋੜ ਆ ਜਾਂਦਾ, ਜਿਹੜਾ ਵਾਧਾ ਸਾਡੇ ਕੋਲੋਂ ਉਹ ਇਹਨਾਂ ਨੇ ਵਸੂਲ ਲਿਆ। 1% ਮਾਰਕੀਟ ਫੀਸ ਅਤੇ 1% ਰੂਰਲ ਡਿਵੈਲਪਮੈਂਟ ਫੰਡ ਲਾ ਕੇ 800 ਕਰੋੜ ਦਾ ਕਿਸਾਨਾਂ 'ਤੇ ਇਨਡਾਇਰੈਕਟ ਟੈਕਸ ਲਾਇਆ ਗਿਆ। ਵੈਟ ਕੋਈ ਵਾਪਸ ਲੈਣ ਨੂੰ ਤਿਆਰ ਨਹੀਂ ਡੀਜ਼ਲ ਤੋਂ। ਔਰ ਇਹ ਜਿਹੜਾ ਕਿਸਾਨਾਂ 'ਤੇ ਰੈਵਨਿਊ ਡਿਪਾਰਟਮੈਂਟ ਦੇ ਅਲੱਗ ਅਲੱਗ ਆਰਡਰ ਜਾਰੀ ਕਰਕੇ 1,000 ਰੁਪਏ ਦਾ ਭਾਰ ਪਾਤਾ, ਸਾਨੂੰ ਦਿੱਤਾ ਕੀ ਹੈ? ਸਵਾਲ ਇੱਕੋ ਹੀ ਪੁੱਛਾਂਗੇ, ਸਵਾਲ ਅਸੀਂ ਇਹ ਪੁੱਛਾਂਗੇ ਕਿਸਾਨਾਂ ਦੀ ਵਾਇਆ ਗਵਰਨਰ ਆਈਆਂ ਮੰਗਾਂ ਨੂੰ ਸੂਬਾ ਸਰਕਾਰ ਕਿੰਨਾ ਸੁਣੇ ਕੀ, ਇਸੇ ਸਵਾਲ 'ਤੇ ਚਰਚਾ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਹੇ ਹਾਂ। ਬਲਵੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੁਖੀ ਨੇ, ਅਤੇ ਇਹਨਾਂ ਨੇ ਅੱਜ ਅਗਵਾਈ ਦੇ ਵਿੱਚ ਕਿਸਾਨਾਂ ਨੂੰ ਗਵਰਨਰ ਹਾਊਸ ਤੱਕ ਲੈ ਕੇ ਗਏ। ਬਲਵੀਰ ਸਿੰਘ ਰਾਜੇਵਾਲ ਤੁਹਾਡਾ ਬਹੁਤ ਸਵਾਗਤ ਕਰਦੇ, ਨਾਲ ਧੰਨਵਾਦ ਵੀ ਕਰਦੇ ਹਾਂ, ਕਿਉਂਕਿ ਅੱਜ ਥਕਾਵਟ ਬਹੁਤ ਹੋਈ ਹੋਊਗੀ, ਕਿਉਂਕਿ ਲੰਬਾ ਤੁਰਨਾ ਪਿਆ ਅਤੇ ਤੁਹਾਡੀ ਸਿਹਤ ਵੀ ਉਨੀ ਠੀਕ ਨਹੀਂ ਹੈਗੀ ਜਿੰਨਾ ਪਹਿਲਾਂ ਤੁਹਾਡੀ ਠੀਕ ਹੋਈ ਸੀਗੀ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਤੁਹਾਡੀ ਸਿਹਤ ਠੀਕ ਹੋਣ ਦੇਣਾ ਵੀ ਨਹੀਂ ਚਾਹੁੰਦੀ, ਕਿਉਂਕਿ ਸਿਹਤ ਤਾਂ ਹੀ ਠੀਕ ਹੋਊਗੀ ਜੇ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ। ਬਲਵੀਰ ਸਿੰਘ ਰਾਜੇਵਾਲ ਬਹੁਤ ਸਵਾਗਤ ਹੈ ਤੁਹਾਡਾ। ਸੁਦੇਵ ਸਿੰਘ ਰੋਪੜ ਕਾਂਗਰਸ ਤੋਂ ਨੇ, ਸੁਦੇਵ ਸਿੰਘ ਰੋਪੜ ਤੁਹਾਡੇ ਲਈ ਥੋੜ੍ਹਾ ਜਿਹਾ ਔਖਾ ਵਿਸ਼ਾ ਰਹੇਗਾ ਅੱਜ। ਰੋਪੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਮਾਲਵ ਸਿੰਘ ਕੰਗ ਤੁਹਾਡੇ ਲਈ ਵੀ ਔਖਾ ਵਿਸ਼ਾ ਹੈ, ਕਿਉਂਕਿ ਕਿਸਾਨ ਆ ਜਿਹੜੇ ਉਹ ਪ੍ਰੋਟੈਸਟ ਇਹਨਾਂ ਦਾ ਵਾਧਾ ਜਾਵੇਗਾ, ਘਟੇਗਾ ਨਹੀਂ। ਮਾਲਵ ਸਿੰਘ ਕੰਗ ਤੁਹਾਡਾ ਬਹੁਤ ਸਵਾਗਤ ਹੈ, ਇਹ ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਕਰਦੇ ਆ। ਡਾਕਟਰ ਜਗਵੰਤ ਸਿੰਘ ਇਹ ਅਰਥਸ਼ਾਸਤਰੀ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਡਾਕਟਰ ਜਗਵੰਤ ਸਿੰਘ, ਸਾਨੂੰ ਪਤਾ ਹੈਗਾ ਕਿ ਪੰਡ ਕਹਿੰਦੀ ਪਾਰੀ ਹੈਗੀ ਹੈ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਪੰਡ ਨੂੰ ਹੌਲਾ ਕੀਤਾ ਜਾ ਸਕਦਾ ਹੈ ਜਾਂ ਵੀ ਸੜਕਾਂ 'ਤੇ ਉਤਰਨਾ ਪਵੇਗਾ, ਅਤੇ ਸਰਕਾਰ ਕਹਿੰਦੀ ਰਹੇਗੀ ਸਾਡੀ ਪੰਡ ਜ਼ਿਆਦਾ ਭਾਰੀ ਹੈਗੀ। ਡਾਕਟਰ ਜਗਵੰਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਰਾਜੇਵਾਲ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਰਾਜੇਵਾਲ ਸਾਹਿਬ, ਜੇ ਤੁਹਾਡਾ ਮੈਮੋਰੈਂਡਮ ਪੜਿਆ ਜਾਵੇ ਜਾਂ ਤੁਹਾਡੀਆਂ ਜਿਹੜੀਆਂ ਬਾਈਟ ਸੁਣੀਆਂ ਜਾਂ ਜਿਹੜੇ ਤੁਸੀਂ ਉੱਥੇ ਬਿਆਨ ਦਿੱਤੇ ਹੈਗੇ, ਇਉਂ ਲੱਗਦਾ ਕਿ ਭਾਰਤੀ ਕਿਸਾਨ ਯੂਨੀਅਨ ਦਾ ਇਹ ਪ੍ਰੋਟੈਸਟ ਨਹੀਂ, ਇਉਂ ਲੱਗਦਾ ਕਿ ਸਿਆਸਤ ਦਾ ਕੋਈ ਪ੍ਰੋਟੈਸਟ ਲੱਗਦਾ ਪਿਆ ਸੀ, ਇਸ ਨਾਲ ਇਤਫਾਕ ਰੱਖਦੇ ਹੋ ਤੁਸੀਂ ਕਿ ਨਹੀਂ? ਕਿਉਂਕਿ ਜਿਹੜੀਆਂ ਮੰਗਾਂ ਤੁਸੀਂ ਵਿੱਚ ਲਿਖੀਆਂ ਨਹੀਂ, ਸਿਆਸਤ ਦੀ ਨਹੀਂ ਗੱਲ, ਅਸੀਂ ਕਾਂਗਰਸ ਦਾ ਮੈਨੀਫੈਸਟੋ ਚੱਕਿਆ, ਕਿਉਂਕਿ ਬੜੇ ਵਾਅਦੇ ਕੀਤੇ ਸੀ ਕੈਪਟਨ ਸਾਹਿਬ ਨੇ ਚੋਣਾਂ ਤੋਂ ਪਹਿਲਾਂ। ਤੁਸੀਂ ਅਸੀਂ ਤਾਂ ਗਵਰਨਰ ਸਾਹਿਬ ਨੂੰ ਕਿਹਾ ਵੀ ਉਹਨਾਂ ਦੀਆਂ ਜਿਹੜੀਆਂ ਚੋਣਾਂ ਤੋਂ ਪਹਿਲਾਂ ਸਪੀਚਾਂ ਦਿੱਤੀਆਂ ਨੇ ਉਹ ਪੋਸਟਾਂ ਮੰਗਵਾ ਕੇ ਉਹਨਾਂ ਨੂੰ ਤੁਸੀਂ ਸੁਣੋ ਜਿਹੜੀਆਂ ਵਾਇਰਲ ਹੋਈਆਂ, ਤੁਸੀਂ ਮੈਨੀਫੈਸਟੋ ਮੰਗਵਾ ਕੇ ਉਹ ਪੜ੍ਹੋ ਕੀ ਇਹਨਾਂ ਨੇ
डेढ़ साल बीत जाने भी हाले पूनी नहीं कत्ती तो कदों असी मंगा उठावे उस वेले जदों अज भी किसान खुदकुशियां कर रहा है तो किसी नूं इहदी कोई चिंता नहीं ये कोई राजनीति का सवाल नहीं अज किसान की हालत बहुत बेहद माड़ी है किसान राजवल साहब जिहड़े 6 लाख किसान दस्तखत करवाए इन्हों कि परिभाषित किया जाएगा कि वह किंदे खिलाफ आवाज चुक रहे नहीं खिलाफ किसी के नहीं तो सिस्टम के खिलाफ आवाज है अज असी इत्थे दिता मेमोरेंडम गवर्नर नूं कांग्रेस सरकार के खिलाफ असी अगला जिहड़ा साडा प्रोग्राम है वह हैगा असी मोदी सरकार का जिहड़ा पिछली इलैक्शन वेले का मैनीफेस्टो वह चक के असी अगले महीने अक्तूबर में राष्ट्रपति नूं मेमोरेंडम देने वाले हैं भी इन्होंने की किया इन्हों की कारगुजारी से निगाह रखना मैं समझा सूबा सरकार ते केंद्र सरकार तुहाडे दोनों ते सवाल है हाँ दोनों ते सवाल है दोनों ही मेरे को बैठे हुए सदैव सरोपण तुसी पुणी नहीं कत्ते पे सवाल यह है कि तुसी किवें जस्टिफाई करोगे कि किसानों का दर्द असी मंडा रहे हैं एक पासे तुसी कह रहे हो किसानों का कर्ज माफ असी कर रहे हैं 2 एकड़ वाली जिहड़ी जमीन जिन्हां दी है सवाल यह है कि किसान अगो कह रहे हैं कि तुसी मार्केट फीस लाती वो लाता तो 800 करोड़ का बोझ है जिहड़ा उल्टा किसान ते पाता तो यह कह रहे हैं कि 1000 करोड़ का कर्जा तुसी हुण तक माफ किया इहदा मतलब तुसी सिर्फ 200 करोड़ रुपया दिता वो जिन्ना मैनूं समझ आ रहा जे उहनूं भी मैं ना समझा तो जिहड़ा बिजली के बहाने तुसी इहनां ते बोझ पाया तो शायद तुसी कुछ भी नहीं किया राजवल साहब मैं गलत है तो मैं कह दियो गलत देखो ये ना मैं एक गल कहनी चाहूँगा सब तो पहली गल तो यह है भी जिहड़ा किसानां दा कर्ज माफ करन दी गल कीती सी कैप्टन अमरिंदर सिंह ने उहदे विच चाहे असी ये नहीं कहिंदे भी असी सारा कर्जा माफ करता पर 2 लाख का कर्जा जिहड़ा 2 एकड़ जमीन वालिआं दा ते 5 एकड़ तक की जमीन वालिआं दा उह कीता 2 एकड़ वालिआं दा जिहड़ा साडा फेज़ है वह लगभग अगले महीने तक नवंबर तक कंप्लीट हो जाना है तो जिहड़ा उहदे विच कोऑपरेटिव बैंकां दा दूजा उह हो चुक्या है रह गया उहदे विच प्राइवेट बैंकां दा ते नैशनलाइज बैंकां दा दूजी गल जिहड़ी है उस तो बाद अगला भी जिहड़ा हैगा जिन्हें भी असी कोशिश है वे नूं इह जिहड़ा जल्द जिहड़ा साडा इह 2 लाख वाला मेरा सवाल बड़ा सिद्धा हुंदा रोपड़ साहब मैं घुमा के सवाल नहीं करदा मैं सवाल बड़ा सिंपल कीता है तुहानूं तुसीं किसानां नूं जो दित्ता उस दे बदले तुसीं किसानां तों सब कुछ लै चुके तुसीं कुछ नहीं दित्ता सही मैं तेला बणी दे पड़ते जामे आ इस एलीगेशन दे नाल मैं सहमत नहीं देखो जिहड़े गल तां बिजली दे बिल दे उत्ते सैस लगन दी गल है उह रेगुलेटरी कमीशन दी विद परमिशन लगदा है और उहदे विच कल्ले किसानां तों सारिआं दा ही लग्गिआ उहदे विच जे कोलिआं वाली ते लग्गे तां क्या तकलीफ होगी इन्नी उह 1 करोड़ रुपए दा तां लोन लई बैठा सीगा जे असीं उहदे तों माफ उहदा वापस ले लिया तां किन्नी तकलीफ होगी उहनां दी कैटेगरी बना दो ना फिर जे कोलिआं वाली दा तुहानूं लग रिहा है कैटेगरी लग पई कैटेगरी तां बणाई है 2 एकड़ ते 5 एकड़ बाकी जिहड़ी तुसीं उह गल करदे हो भी इस गल करके रोपड़ साहब बड़ा अजीब जिहा तर्क है तुहाडा नहीं अजीब बड़ा अजीब तर्क है मालवीय सिंह कंग साहब इह अग तुहाडे तक भी पहुंचण वाली है हुण पहलां भी बहुत पहुंच चुकी है वैसे पर असर तुहाडे ते भी नहीं हो रहा भारतीय जनता पार्टी ते देखो अज दा जिहड़ा इशू आ राजवाल साहब बड़े जुझारू संघर्षी लीडर है किसानां दे और समय समय ते असीं ते बचपन तों देख रहे हमेशा जायज जिहड़ी मंग किसानां दी आवाज़ उठाउंदे रहे देखो किते ना किते ये अकाउंटेबिलिटी फिक्स होनी चाहिए सरकारां मैनीफेस्टो च बहुत सारियां गल्लां कर जांदियां जदों कप्तान साहब ने यह गल पंजाब दे लोकां नाल 17 दे इलैक्शन च कही सी भी मैं कर्जे भी माफ़ करूँगा मैं नौकरी भी दे दूँगा मैं मोबाइल भी दे दूँगा और जिस तरीके नाल राजवाल साहब होणा ने अज फार्म भरवा के साइन करा के अंडरटेकिंग लैके किसानां दी दित्ती इस तरह ही कप्तान साहब जिहड़े मौजूदा कांग्रेस दे सीएम है उन्होंने भी अंडरटेकिंग लईआं सी पिंडां चों पिंड फार्म भरवाए और पता नहीं कित्थे गए वो फार्म देखो हर गल सेंटर ते नहीं छोड़ देनी चाहिए स्टेट दे सूबे दी सरकार ने जिहड़ी जिहड़ा मैनीफेस्टो तय किया सो किस आधार ते उन्होंने कहता 90 लाख करोड़ दे सी कर्जे माफ़ कर देंगे उदों इन्हां ने कहा सी भी अहीं मोदी साहब दे थ्रू करावांगे या सेंटर सरकार दे थ्रू करावांगे हुण जदों तुसीं कोई प्लैन ही नहीं तय किया जदों तुसीं प्लानिंग कोई कीती नहीं एक लारे लाते ये किसानां वाली गल नहीं आ किसी भी इशू ते है
ਚਾਹੇ ਨਸ਼ਿਆਂ ਵਾਲਾ ਇਸ਼ੂ ਹੈ, ਨੌਕਰੀਆਂ ਵਾਲਾ ਇਸ਼ੂ ਹੈ, ਚਾਹੇ ਮਾਈਨਿੰਗ ਪਾਲਿਸੀ ਹੈ, ਹਰੇਕ ਤਾਂ ਇੱਕੋ ਗੱਲ ਕਹਿੰਦੇ ਆ ਮਾਲਵਿੰਦਰ ਸਿੰਘ ਕੰਗ, ਤੁਹਾਡੇ ਬੀਜੇ ਕੰਡੇ ਉਹ ਹਜੇ ਤੱਕ ਚੁੱਕਦੇ ਪਏ ਆ। ਦੇਖੋ ਇਹ ਨਹੀਂ, ਜਦੋਂ 17 ਦਾ ਮੈਨੀਫੈਸਟੋ ਤੈਅ ਕੀਤਾ ਸੀ ਕਾਂਗਰਸ ਨੇ, ਉਦੋਂ ਸਟੇਟ ਦੀ ਇਕਨੋਮਿਕ ਕੰਡੀਸ਼ਨ ਕੀ ਹੈ ਇਹ ਇਹਨਾਂ ਨੂੰ ਪਤਾ ਨਹੀਂ ਸੀ? ਇਹ ਕਿਆ ਇਹਨਾਂ ਨੇ ਗੁੰਮਰਾਹ ਨਹੀਂ ਕੀਤਾ ਫਿਰ ਪੰਜਾਬ ਨੂੰ? ਪੰਜਾਬ ਤਾਂ ਬਹੁਤ ਸਾਲਾਂ ਤੋਂ ਕਰਜ਼ਾ ਹੈ, ਪੰਜਾਬ ਦੀ ਜਿਹੜੀ ਕੰਡੀਸ਼ਨ ਹੈ ਇਕਨੋਮਿਕਲੀ, ਬੜੇ ਉਹਦੇ ਕਈ ਹੋਰ ਕਾਰਨ ਹੈ, ਅਸੀਂ ਬਹੁਤ ਸਾਰੀ ਲੜਾਈ ਲੜੀ ਅੰਤਵਾਦ ਦੇ ਖਿਲਾਫ, ਉਹ ਵੀ ਇੱਕ ਕਾਰਨ ਹੈ। ਤੁਸੀਂ ਕਹਿ ਰਹੇ ਹੋ ਕੇਂਦਰ ਸਰਕਾਰ ਤੇ ਨਾ ਪਾਓ, ਨਹੀਂ ਨਹੀਂ ਤੁਸੀਂ ਆਪ ਕਹਿ ਰਹੇ ਹੋ ਕਿ ਟੈਰਰਿਜ਼ਮ ਦੇ ਖਿਲਾਫ ਅਸੀਂ ਲੜਾਈ ਲੜੀ ਹੈ, ਤੇ ਫਿਰ ਕੇਂਦਰ ਸਰਕਾਰ ਨੇ ਕੀ ਕੀਤਾ ਪੰਜਾਬ ਦਾ? ਜੇ ਉਦੋਂ ਇਹ ਕਪਤਾਨ ਸਾਹਿਬ, ਕੈਪਟਨ ਸਾਹਿਬ ਨੇ ਇਹ ਗੱਲ ਕਹੀ, ਕਪਤਾਨ ਸਾਹਿਬ ਛੱਡੋ, ਤੁਸੀਂ ਮੈਂ ਪੰਜਾਬ ਦੀ ਗੱਲ ਕਰ ਰਿਹਾ, ਕੇਂਦਰ ਸਰਕਾਰ ਤੇ ਜਿਹੜਾ ਉਹਦਾ ਬਣਦਾ ਹੈ ਪੰਜਾਬ ਦਾ ਹੱਕ ਦੇਣ ਚ ਹਮੇਸ਼ਾ ਤਿਆਰ ਹੈ। ਕਦੋਂ? ਅੱਗੇ ਵੀ 4 ਸਾਲ ਹੋ ਗਏ ਬੀਜੇਪੀ ਦੀ ਸਰਕਾਰ ਉੱਥੇ, ਨਹੀਂ ਨਹੀਂ ਤੇ ਸੈਂਟਰ ਤੋਂ ਮਿਲ ਨਹੀਂ ਰਿਹਾ ਪੰਜਾਬ ਨੂੰ ਕੁਝ, ਮਿਲ ਰਿਹਾ ਹੁਣ ਤੁਸੀਂ ਹਰੇਕ, ਮਿਲ ਰਿਹਾ ਨਹੀਂ ਨਹੀਂ ਹਰੇਕ ਤਰ੍ਹਾਂ ਦੇ ਰਿਲੀਫ ਸੈਂਟਰ ਤੋਂ ਭਾਲਦੇ ਹੋ, ਜੋ ਪੰਜਾਬ ਦਾ ਹਿੱਸਾ ਬਣਦਾ ਦੇ ਰਹੀ ਹੈ। ਚਲੋ ਠੀਕ ਹੈ, ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਜੋ ਪੰਜਾਬ ਦਾ ਹਿੱਸਾ ਬਣਦਾ ਹੈਗਾ ਉਹ ਦੇ ਰਹੇ ਹੈਗੇ ਆ, ਦੇ ਦੇਵਾਂਗੇ। ਇਹ ਬੜੇ ਸਾਲਾਂ ਤੋਂ ਇਹ ਸੁਣਦੇ ਪਏ ਆ ਕਿ ਇਸ ਦੀ ਪੰਡ ਭਾਰੀ ਆ। ਡਾਕਟਰ ਜਗਵੰਤ ਸਿੰਘ ਹਰਾ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਅਰਥ ਸ਼ਾਸਤਰੀ ਇਹ ਨੇ, ਇਹ ਤਾਂ ਇਕੱਲੇ ਸਿਆਸਤ ਦੇ ਸ਼ਾਸਤਰੀ ਆ। ਬ੍ਰੇਕ ਤੋਂ ਵਾਪਸ ਆ ਰਿਹਾ। ਸਾਡਾ ਸਵਾਲ ਇੱਕੋ ਹੀ ਆ, ਕਿਸ ਦੀ ਪੰਡ ਭਾਰੀ ਹੈ? ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਕਿਸਾਨਾਂ ਦੀ ਵਾਇਆ ਗਵਰਨਰ ਆਈਆਂ ਮੰਗਾਂ ਨੂੰ ਸੂਬਾ ਸਰਕਾਰ ਕਿੰਨਾ ਸੁਣੇਗੀ? ਇਸ ਸਵਾਲ 'ਤੇ ਅਸੀਂ ਚਰਚਾ ਕਰ ਰਹੇ ਹਾਂ। ਡਾਕਟਰ ਜਗਵੰਤ ਸਿੰਘ ਜੀ, ਸਵਾਲ ਬੜਾ ਸਧਾਰਨ ਹੈਗਾ ਅਤੇ ਤੁਹਾਨੂੰ ਇਸ ਸਵਾਲ ਦਾ ਜਵਾਬ ਆ ਜਿਹੜਾ ਉਹ ਬਹੁਤ ਵਾਰ ਦੇਣ ਦਾ ਮੌਕਾ ਮਿਲਿਆ, ਅੱਜ ਵੀ ਤੁਸੀਂ ਦੇ ਦੋਗੇ ਡਾਕਟਰ ਜਗਵੰਤ ਸਿੰਘ। ਮੇਰਾ ਸਵਾਲ ਇਹ ਹੈਗਾ ਕਿ ਕਿਸਾਨ ਜਿਹੜੀ ਇਹ ਪੰਡ ਚੁੱਕੀ ਫਿਰਦੇ ਹੈਗੇ ਆ, ਸੂਬਾ ਸਰਕਾਰ ਸਿਰਫ ਇਹੀ ਤਰਕ ਦਊਗੀ ਕਿ ਸਾਡੀ ਪੰਡ ਕੌਣ ਲਾਊਗਾ? ਕਿਉਂਕਿ ਮਸਲਾ ਫਿਰ ਕੇਂਦਰ ਸਰਕਾਰ 'ਤੇ ਆ ਜਾਣਾ ਅਤੇ ਮਾਲਵਿੰਦ ਸਿੰਘ ਕੰਗ ਹਰੀ ਕਹਿੰਦੇ ਆ ਕਿ ਸਭ ਕੁਝ ਕੇਂਦਰ ਸਰਕਾਰ 'ਤੇ ਕਿਵੇਂ ਸਿੱਟ ਦੋਗੇ? ਗੱਲ ਇਸ ਤਰ੍ਹਾਂ ਹੈ ਕਿ ਜਿਹੜੀ ਕਿਸਾਨ ਦੀ ਕਰਜ਼ੇ ਦੀ ਪੰਡ ਹੈ ਉਹ ਬਹੁਤ ਭਾਰੀ ਹੈ, ਸਰਕਾਰ ਦੀ ਆਪਣੀ ਵੀ ਭਾਰੀ ਹੈ, ਪਰ ਕਿਸਾਨਾਂ ਨਾਲ ਵਾਅਦੇ ਤਾਂ ਜਿਹੜੀਆਂ ਰਾਜਸੀ ਪਾਰਟੀ ਕਰਦੀਆਂ ਉਹਨੂੰ ਚੁਣਾਵ ਘੋਸ਼ਣਾ ਪੱਤਰ ਕਹਿ ਦਿੰਦੇ ਕਿ ਅਸੀਂ ਆਹ ਕਰਾਂਗੇ, ਪਰ ਉਸ ਤੋਂ ਬਾਅਦ ਜੇ ਤੁਸੀਂ ਉਹਨੂੰ ਕਿਤੇ ਇਕੱਲੇ ਦੁਕੱਲੇ ਜੋ ਉਹਨਾਂ ਦੇ ਲੀਡਰ ਨੇ ਕਿਸੇ ਵੀ ਸਿਆਸੀ ਪਾਰਟੀ ਦੇ ਉਹਨਾਂ ਨੂੰ ਪੁੱਛੋ ਤਾਂ ਉਹ ਤੁਹਾਨੂੰ ਜਵਾਬ ਇਹ ਦੇਣਗੇ ਵੀ ਤੁਹਾਨੂੰ ਪਤਾ ਹੈ ਘੋਸ਼ਣਾ ਪੱਤਰ 'ਚ ਕਿੱਦਾਂ ਚੀਜ਼ਾਂ ਕਿੱਦਾਂ ਪਾਈਆਂ ਜਾਂਦੀਆਂ। ਤਾਂ ਜਿਹੜਾ ਮੈਨੀਫੈਸਟੋ ਹੈ ਇਹ ਕੋਈ ਵੀ ਪੋਲੀਟੀਕਲ ਪਾਰਟੀ ਇਹਦੇ ਬਾਰੇ ਸੀਰੀਅਸ ਨਹੀਂ ਹੈ, ਪਰ ਕਿਉਂਕਿ ਮੀਡੀਆ 'ਚ ਕੁਛ ਗੱਲ ਉੱਠਦੀ ਹੈ, ਕੁਛ ਉਹ ਤਾਂ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਲਈ ਥੋੜ੍ਹਾ ਬਹੁਤਾ ਜਿਹੜਾ ਆ ਰਿਆਇਤ ਦੇਣੀ ਸ਼ੁਰੂ ਕਰ ਦਿੰਦੇ ਨੇ। ਮੈਂ ਇਸ ਗੱਲ ਦਾ ਸ਼ੁਰੂ ਤੋਂ ਬਦਈ ਹਾਂ ਕਿ ਕਿਸਾਨਾਂ ਦੇ ਜਿਹੜੇ ਕਰਜ਼ੇ ਆ ਇਹ 4 ਸਾਲ ਬਾਅਦ, 6 ਸਾਲ ਬਾਅਦ, 10 ਸਾਲ ਬਾਅਦ ਥੋੜ੍ਹਾ ਮਾਫ਼ ਕਰਨ ਦਾ ਹੱਲ ਨਹੀਂ ਹੈ। ਅਸਲੀ ਹੱਲ ਹੈ ਕਿ ਉਹਨਾਂ ਦੇ ਹੱਥ ਜਿਹੜੀ ਉਹਨਾਂ ਦੀ ਕਾਸ਼ਤ ਆ, ਜਿਹੜੀ ਉਹਨਾਂ ਦੀ ਫਸਲਾਂ ਆ, ਉਹਦੀ ਉਹ ਵਾਜਿਬ ਕੀਮਤ ਦਿਓ ਕਿ ਉਹ ਕਰਜ਼ਾ ਵੀ ਵਾਪਸ ਕਰ ਸਕਣ ਅਤੇ ਆਪ ਜੀ ਵੀ ਸਕਣ। ਜਦੋਂ ਉਹਨਾਂ ਨੂੰ ਕੀਮਤ ਸਹੀ ਨਹੀਂ ਮਿਲਦੀ ਤਾਂ ਜਿਹੜੇ ਉਹਨੇ ਕਰਜ਼ੇ ਲਏ ਹੁੰਦੇ ਆ ਕਾਸ਼ਤ ਕਰਨ ਦੇ ਲਈ ਉਹ ਉਹਨਾਂ 'ਤੇ ਭਾਰੀ ਹੋ ਜਾਂਦੇ ਨੇ, ਹੌਲੀ ਹੌਲੀ ਇੰਨਾ ਵੱਡਾ ਹੋ ਜਾਂਦਾ ਕਿ ਫਿਰ ਲੱਗਦਾ ਕਿ ਅਸੀਂ ਤਾਂ ਹੁਣ ਕੀ ਕਰੀਏ। ਇਸ ਤਰੀਕੇ ਦੇ ਸਿਸਟਮ ਦੇ ਖਿਲਾਫ਼ ਕੋਈ ਵੀ ਜਥੇਬੰਦੀ ਜਿਹੜੀ ਕਿਸਾਨਾਂ ਦੀ ਹੈ ਉਹ ਸੰਘਰਸ਼ ਵੀ ਕਰੂਗੀ ਅਤੇ ਉਹਦਾ ਵਿਰੋਧ ਵੀ ਕਰੂਗੀ, ਕਰਨਾ ਬਣਦਾ ਵੀ ਹੈ। ਪਰ ਇਸ ਵਿੱਚ ਜੇ ਆਪਾਂ ਦੇਖੀਏ ਜਿੱਥੇ ਤੱਕ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੈ, ਉਹ ਮੋਦੀ ਸਰਕਾਰ ਕਹੀ ਜਾਂਦੀ ਅਸੀਂ ਕਰਤਾ, ਪਰ ਹਰੇਕ ਅਰਥ ਸ਼ਾਸਤਰੀ ਨੂੰ ਪਤਾ ਕਿ ਉਹਨਾਂ ਨੇ ਨਹੀਂ ਕੀਤਾ, C2 ਦਾ ਫਾਰਮੂਲਾ ਕੋਈ ਇਸਤੇਮਾਲ ਕਰ ਹੀ ਨਹੀਂ ਰਹੇ। ਜਦ ਤੱਕ ਉਸ 'ਤੇ ਨਹੀਂ ਜਾਣਗੇ ਉਹਨਾਂ 'ਤੇ ਕੋਈ ਵੀ ਕੀਮਤ ਉਹਨਾਂ ਹੱਥ ਨਹੀਂ ਮਿਲਦੀ। ਫਿਰ ਜਿਹੜਾ MSP ਦਾ ਮੁੱਦਾ ਆ, ਜੇ ਤੁਸੀਂ ਰਾਜੇਵਾਲ ਸਿੰਘ ਪੁੱਛਣਗੇ ਤਾਂ ਦੱਸਣਗੇ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀਆਂ ਸਰਕਾਰੀ ਖਰੀਦੀਆਂ ਏਜੰਸੀਆਂ ਉਹ ਮਾਰਕੀਟ 'ਚ ਉਤਰਦੀਆਂ ਨਹੀਂ ਔਰ MSP ਤੋਂ ਥੱਲੇ ਤਕਰੀਬਨ 30-40% ਜਿਹੜੀ ਫਸਲ ਵਿਕ ਚੁੱਕੀ ਹੁੰਦੀ ਹੈ, ਕਿਉਂਕਿ ਕਿਸਾਨ ਉਹ ਬਾਰਿਸ਼ ਤੋਂ ਡਰਦੇ, ਦੂਜੇ ਉਹਨੂੰ ਇਮੀਡੀਏਟਲੀ ਵੇਚਣ ਦੀ ਸੋਚਦਾ। ਜੇ ਸਿਸਟਮ ਨੇ, ਜੇ ਅਰਥ ਸ਼ਾਸਤਰੀ ਦੇ ਆਪਣਾ ਕਹਿ ਲਓ ਕਿ ਉਸੇ ਤਰੀਕੇ ਨਾਲ ਚੱਲਣਾ ਆ ਤਾਂ ਕਿਸਾਨਾਂ ਦੀ ਪੰਡ ਤਾਂ ਹੋਰ ਵੀ ਭਾਰੀ ਹੋਏਗੀ ਅਤੇ ਸਰਕਾਰ ਦੀ ਵੀ ਹੋਣੀ ਹੈ, ਕਿਉਂਕਿ ਪੰਜਾਬ ਦੇ ਵਿੱਚ ਇਸ ਮੌਕੇ ਜਿਹੜੇ ਜੇ ਤੁਸੀਂ ਇਕਨੋਮਿਕ ਹਾਲਾਤ ਸਾਰੇ ਦੇਖੋ ਪਿਛਲੇ ਕੁਛ 10-15 ਸਾਲਾਂ ਦੇ ਵਿੱਚ ਤਾਂ ਉਹਨਾਂ 'ਤੇ ਕਰਜ਼ਾ ਵੀ ਵੱਧ ਰਿਹਾ, ਪਰ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਆਪਣੀ ਪਾਪੂਲੇਸ਼ਨ ਨੂੰ ਕਿਸ ਤਰੀਕੇ ਨਾਲ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ, ਇਹ ਸਰਕਾਰ ਨੂੰ ਐਡਰੈਸ ਕਰਨਾ ਹੀ ਪਏਗਾ। ਕਿਸਾਨਾਂ ਦੀ ਪੰਡ ਜਿਹੜੀ ਹੈ ਇਹ ਉਹਨਾਂ ਨੂੰ ਚੁੱਕਣੀ ਪੈਗੀ, ਕਿਸਾਨ ਉਸ ਚੁੱਕ ਕੇ ਚੱਲ ਨਹੀਂ ਚੱਲ ਸਕਦੇ। ਠੀਕ ਹੈ ਰਾਜਵਾਲ ਸਾਹਿਬ, ਸਾਡੇ ਦਰਸ਼ਕ ਜਿਹੜੇ ਪ੍ਰੋਗਰਾਮ ਦੇਖ ਰਹੇ ਹੋਣਗੇ, ਮੈਂ ਉਹਨਾਂ ਨੂੰ ਵੀ ਜਵਾਬ ਦੇ ਹੈਗਾ, ਉਹ ਸਾਨੂੰ ਵਾਰ ਵਾਰ ਪੁੱਛਦੇ ਜੋ ਕਿਸਾਨਾਂ ਦੇ ਮੁੱਦੇ ਦੀ ਗੱਲ ਕਰਦੇ ਹੈਗੇ ਹੋ ਉਹਦੇ ਵਿੱਚ ਨਿਕਲਦਾ ਕੀ ਹੈਗਾ? ਰਾਜਵਾਲ ਸਾਹਿਬ, ਅੱਜ ਦੇ ਸੰਘਰਸ਼ ਵਿੱਚ ਨਵਾਂ ਕੀ ਸੀ? ਅੱਜ ਨਵਾਂ ਇਹ ਹੈ ਕਿ ਅਸੀਂ ਮੈਨੀਫੈਸਟ, ਜਿਹੜਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਸੀ ਉਹ ਚੱਕ ਕੇ ਬੈਠੇ, ਉਹਨੂੰ ਪੁਆਇੰਟ ਵਾਈਜ਼ ਸਟੱਡੀ ਕੀਤਾ ਅਤੇ ਜਿਹੜੇ ਵਾਅਦੇ ਜਿਸ ਤਰ੍ਹਾਂ ਸਪੀਚਾਂ ਹੋਈਆਂ ਚੋਣਾਂ ਤੋਂ ਪਹਿਲਾਂ ਉਹ ਸਾਰੀਆਂ ਸਮਝੀਆਂ ਵੀ ਕੀ ਕੁਛ ਕਿਹਾ ਇਹਨਾਂ ਨੇ, ਅਤੇ ਅੱਜ ਮੈਮੋਰੈਂਡਮ 'ਚ ਜਿਹੜੀ ਅਖੀਰ 'ਚ ਅਸੀਂ ਡਿਮਾਂਡ ਕੀਤੀ ਆ ਗਵਰਨਰ ਤੋਂ, ਉਹਨੂੰ ਕਿਹਾ ਵੀ ਪੋਲੀਟੀਕਲ ਪਾਰਟੀਆਂ ਚੋਣਾਂ ਵੇਲੇ ਲੋਕਾਂ ਨੂੰ ਲਾਰੇ ਲਾਉਂਦੀਆਂ, ਉਹਨਾਂ ਦੇ ਜੋ ਉਹਨਾਂ ਦੀ ਹਾਲਾਤ ਨੇ ਉਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਦੀਆਂ।
हर पार्टी का मैनीफेस्टो जिहड़ा उह इलैक्शन कमीशन को रजिस्टर होवे और उन्हूं लीगल डॉक्यूमेंट बनाया जाए ते जे उह जिहदी सरकार बन जाए उन्हूं मौका दिता जाए साल भर ते बाद उहदी असैसमेंट होवे जे उह अपने मैनीफेस्टो दे मुताबिक कम नहीं करदा तां ਉਹਦੀ ਸਰਕਾਰ ਨੂੰ ਚਲਦਾ ਕਰ ਦਿੱਤਾ ਜਾਵੇ ਇਹ ਠੀਕ ਹੈ ਇਹ ਹੋਣਾ ਚਾਹੀਦਾ ਠੀਕ ਹੈ ਤੁਸੀਂ ਰਾਜਵਾਲ ਸਾਹਿਬ ਇਹ ਗੱਲ ਕੀ ਹੈ ਕਿ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਮੈਨੀਫੈਸਟੋ ਤੁਸੀਂ ਇਹ ਗੱਲ ਕਹਿ ਰਹੇ ਹੋ ਇਹ ਗੱਲ ਪਹਿਲੀ ਵਾਰ ਨਹੀਂ ਹੋਈ ਪਹਿਲਾਂ ਵੀ ਬਹੁਤ ਵਾਰੀ ਹੋ ਚੁੱਕੀ ਹੈ ਕਿਸਾਨ ਯੂਨੀਅਨ ਨੇ ਪਹਿਲੀ ਵਾਰ ਕੀਤੀ ਹੋਊਗੀ ਪੰਜਾਬ ਦੇ ਵਿੱਚ ਮੇਰਾ ਸਵਾਲ ਹੈਗਾ ਰਾਜਵਾਲ ਸਾਹਿਬ ਕਿ ਗਵਰਨਰ ਹਾਊਸ ਦੇ ਵਿੱਚੋਂ ਤੁਹਾਨੂੰ ਸਿਰਫ ਭਰੋਸਾ ਮਿਲਿਆ ਜਾਂ ਲੀਗਲ ਡਾਕੂਮੈਂਟ ਕਰਨ ਵਾਲ ਕੋਈ ਕਾਰਵਾਈ ਹੋ ਸਕਦੀ ਹੈ ਨਹੀਂ ਅਸੀਂ ਡਿਮਾਂਡ ਇਹ ਕੀਤੀ ਹੈ ਵੀ ਤੁਸੀਂ ਇਹ ਇਲੈਕਸ਼ਨ ਕਮਿਸ਼ਨ ਨੂੰ ਲਓ ਇਸ ਪਾਸੇ ਤੁਰਨਾ ਚਾਹੀਦਾ ਗਵਰਨਰ ਸਾਹਿਬ ਤਾਂ ਭਰੋਸਾ ਹੀ ਦੇ ਸਕਦੇ ਆ ਸਾਨੂੰ ਇਹ ਪਤਾ ਹੈ ਵੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਇਸ ਵੇਲੇ ਉਹ ਇਹਦੇ 'ਚ ਸਾਡੇ ਜਿਹੜਾ ਮੰਗਾਂ ਨੇ ਸਾਰੀਆਂ ਇਹ ਉਹਦੇ ਉੱਤੇ ਅਸੀਂ ਸਾਰਾ ਦਬਾਅ ਪਾਇਆ ਅਤੇ ਇਸ ਕਰਕੇ ਉਹ ਤੋਂ ਉੱਪਰ ਵੀ ਕਿਸੇ ਜਿਹੜਾ ਅਥਾਰਟੀ ਹੈ ਉਹਦੇ ਕੋਲ ਮੁੱਦਾ ਟੇਕਅਪ ਕਰਨਾ ਚਾਹੀਦਾ ਔਰ ਕਿਉਂਕਿ ਪੰਜਾਬ ਵਿੱਚ ਗਵਰਨਰ ਦੀ ਨੋਮੀਨੀ ਹੈ ਸਰਕਾਰ ਇਸ ਕਰਕੇ ਅਸੀਂ ਗਵਰਨਰ ਕੋਲ ਮੁੱਦਾ ਟੇਕਅਪ ਕੀਤਾ ਲੋਕ ਤਾਂ ਇਹ ਪੁੱਛਣਗੇ ਤੁਸੀਂ ਸੀ ਐਮ ਹਾਊਸ ਕਿਉਂ ਨਹੀਂ ਜਾਂਦੇ ਨਹੀਂ ਸੀ ਐਮ ਤਾਂ ਪਹਿਲਾਂ ਹੀ ਦੋਸ਼ੀ ਹੈ ਇਹਦੇ ਵਿੱਚ ਸਾਰਾ ਕੁਝ ਕੀਤਾ ਤਾਂ ਉਹਨੇ ਹੀ ਹੈ ਉਹ ਤਾਂ ਅੱਜ ਕਾਂਗਰਸ ਦੇ ਜਿਹੜੇ ਨੁਮਾਇੰਦੇ ਇੱਥੇ ਬੈਠੇ ਨੇ ਆਪਣੀ ਸਰਕਾਰ ਨੂੰ ਡਿਫੈਂਡ ਕਰਨ ਦਾ ਉਹਨਾਂ ਦਾ ਕੰਮ ਮੈਂ ਕਰੀ ਜਾਣਾ ਉਹਨਾਂ ਨੇ ਰੋਪੜ ਸਾਹਿਬ ਤੁਹਾਡੇ ਕੋਲ ਡਿਫੈਂਡ ਕਰਨ ਨੂੰ ਹੈ ਨਹੀਂ ਕੁਛ ਵੈਸੇ ਕਿਉਂ ਨਹੀਂ ਹੈ ਜਨਾਬ ਅਸੀਂ ਮੈਂ ਤਾਂ ਪਹਿਲੀ ਗੱਲ ਕਾਂਗਰਸ ਸਾਹਿਬ ਦੀ ਗੱਲਾਂ ਦਾ ਕੁਛ ਦਾ ਜਵਾਬ ਦੇਣਾ ਚਾਹੂੰਗਾ ਇਹਨਾਂ ਨੇ ਆਪ ਨੇ ਦੋ ਪੈਸੇ ਮਾਫ ਨਹੀਂ ਕੀਤੇ ਔਰ ਇਹ ਕਹਿੰਦੇ ਸੈਂਟਰ ਵੱਲ ਅਸੀਂ ਸੈਂਟਰ ਵੱਲ ਤੁਸੀਂ ਇਹਨਾਂ ਨੂੰ ਪੁੱਛ ਕੇ ਮਾਫੀ ਨਾ ਮਾਫੀ ਦਾ ਕਿਹਾ ਸੀਗਾ ਸੈਂਟਰ ਦੀ ਗੱਲ ਤਾਂ ਚੱਲ ਸੁਦੇਸ਼ ਰੋਪੜ ਨਹੀਂ ਅਸੀਂ ਉਲਝ ਜਾਂਦੇ ਹਾਂ ਡਿਬੇਟ ਜਦੋਂ ਕਰਦੇ ਸੀ ਉਲਝ ਜਾਂਦੇ ਆ ਸੁਦੇਸ਼ ਰੋਪੜ ਸੁਦੇਸ਼ ਰੋਪੜ ਤਾਂ ਉਹਨਾਂ ਨੇ ਇਹ ਨਹੀਂ ਜਾ ਕੇ ਕਿਹਾ ਵੀ ਸਾਨੂੰ ਕੋਈ ਸੁਦੇਸ਼ ਰੋਪੜ ਕੈਪਟਨ ਸਾਹਿਬ ਨੇ ਮੋਦੀ ਸਾਹਿਬ ਤੋਂ ਪੁੱਛ ਕੇ ਅਨਾਊਂਸ ਕੀਤਾ ਸੀ ਬਿਲਕੁਲ ਨਹੀਂ ਕੀਤਾ ਹਾਂ ਫਿਰ ਨਹੀਂ ਜੇ ਇਹ ਗੱਲ ਦੇਖੋ ਛੱਜ ਤਾਂ ਬੋਲੇ ਛਾਲ ਨਹੀਂ ਕੀ ਬੋਲੇ ਇਹਨਾਂ ਨੇ ਜਦੋਂ ਕਿਹਾ ਸੀਗਾ ਅਸੀਂ ਪੈਨਸ਼ਨ ਜਿੰਨੀ ਵਧਾਵਾਂਗੇ ਵਧਾ ਕੇ ਗਏ ਇਹ ਲੈਪਟਾਪ ਦੇ ਕੇ ਗਏ 10 ਸਾਲ ਦੇ ਵਿੱਚ ਇਹ ਗੱਲਾਂ ਕਿਹੜੀਆਂ ਮਾਰਦੇ ਨੇ ਇਹ ਠੀਕ ਹੈ ਇੱਥੇ ਬੈਠ ਕੇ ਕ੍ਰਿਟੀਸਾਈਜ਼ ਕਰਨ ਦੀਆਂ ਗੱਲਾਂ ਕਰਦੇ ਨੇ ਇਹ ਜਿਹੜੀਆਂ ਗੱਲਾਂ ਕਰਦੇ ਨੇ ਹੁਣ ਇੱਥੇ ਦੂਜੀਆਂ ਵੀ ਸੈਂਟਰ ਦੀਆਂ ਸਕੀਮਾਂ ਨੇ ਰਮਸਾ ਸਕੀਮ ਹੈ ਟੀਚਰਸ ਦੀ ਅੱਜ ਟੀਚਰ ਸੜਕਾਂ ਤੇ ਆਇਆ ਹੋਇਆ ਉਹ ਕਾਰਨ ਕੀ ਹੈ ਸਕੀਮ ਇਹਨਾਂ ਨੇ ਬੰਦ ਕਰਤੀ ਸੈਂਟਰ ਚੋਂ ਉਹ ਬੰਦ ਕਰਤੀ ਮੁਲਾਜ਼ਮ ਰੱਖੇ ਪਏ ਸੀ ਉਹ ਸਟੇਟ ਇਹਨਾਂ ਨੇ ਸਕੀਮ ਬੰਦ ਕਰਤੀ ਤੁਸੀਂ ਕਹਿੰਦਾ 10,300 ਤੇ ਕੰਮ ਕਰਨਾ ਕਰੋ ਨਹੀਂ ਤਾਂ ਘਰੇ ਬੈਠੋ ਸਟੇਟ ਦੇ ਸਿਰ ਤੇ ਨਹੀਂ ਰੋਪੜ ਸਾਹਿਬ ਉਹ ਸਟੇਟ ਦੇ ਤੁਸੀਂ ਇੱਕ ਮਿੰਟ ਤੁਸੀਂ ਫਿਰ ਜੇ ਮੁੱਦੇ ਨੂੰ ਪਾਸੇ ਲੈਣਾ ਮੈਂ ਵੀ ਲੈ ਜਾਣਾ ਨਾ ਫਿਰ ਕਿ ਸਟੇਟ ਦੇ ਸਿਰ ਤੇ ਗੱਲ ਆ ਗਈ ਹੁਣ ਸਟੇਟ ਦਾ ਕੁਝ ਤਾਂ ਸੋਚੂਗੀ ਨਾ ਵੀ ਸਟੇਟ ਨੇ ਉਹਨਾਂ ਨੂੰ ਨੌਕਰੀ ਤੋਂ ਤਾਂ ਕੱਢਣਾ ਨਹੀਂ ਵੀ ਅਸੀਂ ਨੌਕਰੀ ਤੋਂ ਕੱਢਣੇ ਸਾਨੂੰ ਰੈਗੂਲਰ ਚਲੋ ਤੁਸੀਂ ਐਵੇਂ ਮੰਨ ਲਓ ਵੀ ਜੋ ਉਹਨਾਂ ਨੇ ਲੀਹਾਂ ਪਾਈਆਂ ਸੀ ਤੁਸੀਂ ਉਹਨਾਂ ਤੋਂ ਪਾਸੇ ਨਹੀਂ ਜਾ ਸਕਦੇ ਤੁਹਾਡੀ ਮਜਬੂਰੀ ਆ ਸਕਦੇ ਅਸੀਂ ਤਾਂ ਜੋ ਸਾਡੇ ਕੋਲ ਵਿਦਨ ਮੀਨਸ ਆ ਸੀ ਉਹਦੇ ਵਿੱਚ ਕੰਮ ਕਰ ਰਹੇ ਹਾਂ ਉਹਨਾਂ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਜਿਹੜਾ ਹੈਗਾ ਸਭ ਤੋਂ ਵੱਧ ਕਿਸਾਨਾਂ ਵੱਲ ਫੋਕਸ ਆ ਮਾਲਵੇ ਸਿੰਘ ਕਾਂਗਲ ਇਹ ਤਾਂ ਕਹਿ ਰਹੇ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਨਹੀਂ ਕੁਝ ਕੀਤਾ ਨਾ 10 ਸਾਲ ਤੁਸੀਂ ਕੁਝ ਕੀਤਾ ਨਾ 4 ਸਾਲ 'ਚ ਤੁਸੀਂ ਉੱਥੇ ਕੁਝ ਕੀਤਾ ਕਿਸਾਨਾਂ ਲਈ ਦੇਖੋ ਜੇ ਅਸੀਂ ਪਿਛਲੇ 10 ਸਾਲਾਂ 'ਚ ਕੁਝ ਨਹੀਂ ਕੀਤਾ ਬੜੀ ਇਮਾਨਦਾਰੀ ਨਾਲ ਤਾਂ ਸਾਨੂੰ ਰਿਜ਼ਲਟ ਵੀ ਤਾਂ ਮਿਲੇ 2017 'ਚ ਅਸੀਂ ਤਾਂ ਆਪੋਜੀਸ਼ਨ 'ਚ ਵੀ ਨਹੀਂ ਆ ਸਕੇ ਲੋਕਾਂ ਨੇ ਸਾਨੂੰ ਰਸਤਾ ਦਿਖਾਇਆ ਕਰਜ਼ਾ ਕੁਰਕੀ ਖਤਮ ਅਤੇ ਫਸਲ ਦੀ ਪੂਰੀ ਰਕਮ ਕਰਜ਼ਾ ਹੋਵੇ ਕੋਆਪਰੇਟਿਵ ਸੁਸਾਇਟੀ ਦਾ ਕਰਜ਼ਾ ਹੋਵੇ ਨੈਸ਼ਨਲਾਈਜ਼ ਬੈਂਕ ਦਾ ਕਰਜ਼ਾ ਹੋਵੇ ਆੜ੍ਹਤੀਏ ਦਾ ਇਹ ਕਿਸ ਆਧਾਰ 'ਤੇ ਨਾਰਾ ਦਿੱਤਾ ਸੀ ਕਾਂਗਰਸ ਨੇ ਇਹਦਾ ਆਧਾਰ ਕੀ ਸੀ ਫਿਰ ਤੁਸੀਂ ਇਹ ਮੰਨੋ ਨਾ ਅਸੀਂ ਗੁੰਮਰਾਹ ਕੀਤਾ ਸੀ ਅਸੀਂ ਧੋਖੇ ਨਾਲ ਵੋਟਾਂ ਲੈ ਲਈਆਂ ਦੇਖੋ ਐਵੇਂ ਤੁਸੀਂ ਸਫਾਈ ਵੀ ਦੇਣੀ ਆ ਤੇ ਇਮਾਨਦਾਰੀ ਨਾਲ ਅਸੀਂ ਨਹੀਂ ਮੈਂ ਤੁਹਾਨੂੰ ਸਵਾਲ ਕਰਦਾ ਕੰਗ ਸਾਹਿਬ ਕੰਗ ਸਾਹਿਬ ਤੁਸੀਂ ਦੋਨੋਂ ਇਮਾਨਦਾਰ ਨਾਲ ਮੰਨ ਲਓ ਵੀ ਅਸੀਂ ਜਿਹੜੇ ਵਾਅਦੇ ਕੀਤੇ ਸੀ ਪੂਰੇ ਨਹੀਂ ਕਰ ਸਕੇ ਤੁਸੀਂ ਸੈਂਟਰ ਵੱਲੋਂ ਨਹੀਂ ਕਰ ਸਕੇ ਨਾ ਸਟੇਟ 'ਚ ਰਹਿ ਕੇ ਕਰ ਸਕੇ ਸੈਂਟਰ ਦੀ ਗੱਲ ਸੈਂਟਰ ਪ੍ਰੋਫੈਸਰ ਸਾਹਿਬ ਹੋਣਾ ਨੇ ਜਿਹੜੀ ਸਵਾਮੀਨਾਥਨ ਜਿਹੜੀ ਗੱਲ ਛੇੜੀ ਆਪਾਂ ਵੈਸੇ ਕਈ ਵਾਰ ਡਿਸਕਸ਼ਨ ਕਰ ਚੁੱਕੇ ਹਾਂ ਮੈਂ ਨਹੀਂ ਕਹਿੰਦਾ ਵੀ ਸਾਰਾ ਕੁਝ ਸਭ ਠੀਕ ਹੋ ਗਿਆ ਲੇਕਿਨ ਪਹਿਲੀ ਵਾਰ ਇਤਿਹਾਸ 'ਚ ਹੋਇਆ ਵੀ MSP ਜਿਹੜੀ ਇੰਨੇ ਵੱਡੇ ਸਤਰ 'ਤੇ ਵਧੀ ਆ ਔਰ ਇਹ ਮੋਦੀ ਸਰਕਾਰ ਦੇ ਟਾਈਮ ਵਧੀ ਆ ਔਰ ਅਸੀਂ ਇਹ ਵੀ ਕਿਹਾ ਸੀ 2022 ਤੱਕ ਸਵਾਮੀਨਾਥਨ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕਦਾ ਹੈ 2022 ਤੱਕ ਹਾਂ ਕਦੋਂ ਕਿਹਾ ਸੀ ਇਹ 2014 ਦੇ ਇਲੈਕਸ਼ਨ 'ਚ ਇਲੈਕਸ਼ਨ 'ਚ ਕਿਹਾ ਸੀ ਜਾਂ ਮੈਨੀਫੈਸਟੋ 'ਚ ਕਿਹਾ ਸੀ ਦੋ ਚੀਜ਼ਾਂ ਫਰਕ ਹੈ ਮਾਲੂਮ ਸੀ ਕੰਗ ਮੈਨੀਫੈਸਟੋ 'ਚ ਕਿਹਾ ਸੀ ਇਲੈਕਸ਼ਨ 'ਚ ਕਿਹਾ ਜਿੱਤ ਕੇ ਕਿਹਾ ਮੈਨੀਫੈਸਟੋ 'ਚ ਵੀ ਇਹੀ ਗੱਲ ਔਰ ਨਾਰਾ ਵੀ ਇਹੀ ਦਿੱਤਾ ਡਾਕਟਰ ਜਗਵੰਤ ਸਿੰਘ ਹੁਣ ਮੈਨੂੰ ਬਿਆਨਾਂ 'ਚ ਥੋੜ੍ਹਾ ਫਰਕ ਲੱਗਦਾ ਪਿਆ ਤੁਸੀਂ ਆਪ ਸਮਝਾ ਸਕਦੇ ਡਾਕਟਰ ਜਗਵੰਤ ਸਿੰਘ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਕਰਕੇ ਹੀ ਹੱਲ ਨਿਕਲ ਸਕਦਾ ਕੋਈ ਉਹਦੇ ਨਾਲ ਇੱਕ ਪਾਰਦਰਸ਼ਤਾ ਆਏਗੀ ਕਿ ਜੋ ਪੋਲੀਟੀਕਲ ਪਾਰਟੀ ਵੋਟਰਸ ਜੋ ਗੱਲ ਕਹਿੰਦੀਆਂ ਉਹਨਾਂ ਨੂੰ ਪੂਰੀ ਕਰਨੀ ਪਏਗੀ ਪਰ ਹੁਣ ਤੱਕ ਦਾ ਜੋ ਇਤਿਹਾਸ ਹੈ ਸਾਰੀ ਪੋਲੀਟੀਕਲ ਪਾਰਟੀਆਂ ਦਾ ਕਿ ਮੈਨੀਫੈਸਟੋ ਦੇ ਕੁਝ ਮੁੱਦੇ ਜਿੱਥੇ ਉਹਨਾਂ ਲੱਗਦਾ ਕਿ ਜੇ ਨਾ ਕੀਤਾ ਤਾਂ ਸਾਡਾ ਬਹੁਤ ਜਲੂਸ ਨਿਕਲੂਗਾ ਉਹਦੇ 'ਤੇ ਸਰਕਾਰਾਂ ਕੰਮ ਕਰਦੀਆਂ ਅਦਰਵਾਈਜ਼ ਕੰਮ ਨਹੀਂ ਕਰਦੀਆਂ ਅਤੇ ਇੱਕ ਪੋਲੀਟੀਕਲ ਪਾਰਟੀ ਦੂਜੇ ਲਈ ਬੈਟਨ ਪਕੜਾਉਂਦੀ ਹੈ ਉਹ ਉਸੇ ਰਸਤੇ 'ਤੇ ਉਹ ਵੀ ਦੌੜਨਾ ਸ਼ੁਰੂ ਕਰ ਦਿੰਦੇ ਆ ਇਹਨਾਂ ਦੇ ਵਿੱਚ ਕੋਈ ਬਹੁਤਾ ਫਰਕ ਹੈ ਨਹੀਂ ਲੋਕ ਹਰ ਵਾਰ ਇੱਕ ਬਦਲਾਅ ਇਸ ਕਰਕੇ ਲੈ ਆਉਂਦੇ ਉਮੀਦ ਕਰਦੇ ਆ ਵੀ ਸ਼ਾਇਦ ਬਦਲਾਅ ਤੋਂ ਬਾਅਦ ਕੁਛ ਸੁਧਾਰ ਹੋ ਜਾਏਗਾ ਫਿਰ ਕੁਛ ਸਾਲਾਂ ਬਾਅਦ ਲੱਗਦਾ ਕਿ ਨਹੀਂ ਉਹ ਫਿਰ ਪਹਿਲੀ ਪਾਰਟੀ
अगे नूं होर भी बुरे हो सकते हैं। मैं बहुत बार शायद पहला इस स्टूडियो भी गल कही है कि 2021-22 तो बाद मैनूं पंजाब दे हालात होर भी बिगड़ते नज़र आते हैं। उन्हां हालातों लई किद्दां उन्हां नूं पंजाबियों ने फेस करना, चाहे वह किसानी है, चाहे वह स्कूल टीचर है, चाहे यूनिवर्सिटी कॉलेज टीचर है, चाहे वह मजदूर है, चाहे वह गवर्नमेंट इंप्लाइज है। किसी मौके मैं लगता पोलीटिकल पार्टियां छड़ के इन्हां धिरां नूं आपस में बैठ के सलाह करनी पैनी है कि आप इस बारे की कर सकते हैं। पोलीटिकल पार्टियां तो मैनू बहुती उम्मीद नहीं, मैं इस गल तो बिल्कुल क्लीयर हाँ कि कोई मुद्दे एड्रैस नहीं कर रहा। जवल सिंह जो गलत कह रहे हो मैंने एवं लगता है कि तुम कह रहे हो कि सारिया जथेबंदियां कट्ठिया होकर एक लोक रोह रोह मैं लोक लहर की गल कर रहा। मैं देखता कि स्कूल जिदा रमसा की गल आई, SSA की गल आई, और उस तो बाद कल ऐसी भी अध्यापक दिवस से ऐसी भी अपनी यूनिवर्सिटी कॉलेज टीचर ने रैली करनी है, दूजे कोई जो खिते लोग भी रैलियां कर रहे हैं, वो एक विरोध दस रहे हैं पर उन्होंने आपस में कोआर्डीनेशन कोई नहीं और वह फायदा पोलीटल पार्टियां लेंदी है। असल में जोड़ा हल है वह गलबात करके निकलना, तो जो पोलीटल पार्टियां नहीं कर दियाँ, किसानों नहीं कर दियाँ, मुलाजमान नहीं कर दियाँ, अध्यापकों नहीं कर दियाँ, तो उन्होंने फिर आपस में मिलजुल जुल के गल कर जरूरत पेगी। आ 10-300 की गल चली है, तुम जो वो सैलरी का 20% दे के बंद कह रहे हैं कि तुम रेगुलर होना आ जाओ, तो शर्मिंदगी की गल है। जिन्होंने 10-300 की शुरुआत की वह अकाली दल से, उन्होंने कॉन्टीन्यू कांग्रेस सरकार कर रही है, तो लोगों तो दोनों तो नमोशी आ रही है। ठीक है, एक छोटा ब्रेक लेना, ब्रेक तो वापस आवेंगे। ये बहुत वड्डा अलार्म हैगा पंजाब की सत्ता दे लई, पंजाब दे हाकमां दे लई, क्योंकि जे कोआर्डीनेशन होगी, जे तालमेल हो गया, फिर ये लोक लहर का सामना किवें कीता जाएगा। सवाल उन्हां ते हैगा, उन्हां हाकमां ते हैगा जिन्होंने पंजाब के लोगों नाल वादे किए, चाहे वह किसानी है, चाहे वह होर खिता हैगा, पर सवाल यह हैगा आम लोग है जिहड़े आम लोग है पंजाब के, उन्होंने ये जिहड़ा लोक लहर वाला सत्ता हैगा वो कितना खतरनाक साबित हो सकता है। सवाल उन्होंने लोगों का भी हैगा, क्योंकि पंजाब सरकार के उत्ते सवाल बहुत सारे हैगे है, रोज़ सवाल पूछे जा रही है, तालमेल हो गया फिर औखा हो जाऊगा जवाब देना। ब्रेक तो वापस आ रहे हैं, ब्रेक तो बाद एक फिर तुहाडा स्वागत है। सिर ते पठियां दी पंड चक्कन वाला किसान, सिर ते सब्जी दी, सिर ते होर पता नहीं किन्ने किहड़े बोझ है जिहड़े किसान ने चुके हुए, हुण कागजां दा बोझ चक के सरकार है जिहड़ी, सरकार दे कोल गुहार लगा रहा किसान, कदे गवर्नर हाउस जांदा, कदे CM हाउस जांदा, कदे डंडे वजदे हैगे, कदे पानी दीआं बछाड़ां पैंदीआं हैगीआं, पर किसान कहिंदा मैं हारना नहीं। असीं खुद तस्वीरां देखियां उन्हां किसानां दीआं जिहड़ियां जिन्हां तों तुरिया भी नहीं जा रहा सीगा, पर वो धरने दे विच मुजाहरे विच शामिल हो जा रहे सीगे। बहुतियां विचों पुछिया उन्हां नूं, वो कहिंदे सानूं आह बीमारी है, सानूं आह बीमारी है, ते सरकार कहिंदी असीं हैल्थ इंश्योरेंस दे रहे हैं, सेहत बीमा दे रहे हैं। बहुत सारे सवाल सरकारों ते है, क्योंकि कल किसानी की गल नहीं है कि किसानों के परिवार उन्होंने जुड़ेगा, उन्होंने पढ़ाई नहीं मिल रही, उन्होंने सेहत सहूलत नहीं मिल रही, बहुत सारिया दिक्कतें है। फिर एक गल आके रुकती है कि बहुत किसानों ने भी नहीं पता स्वामीनाथन कमीशन की रिपोर्ट में हैगा की है, पर यूनियना कहदियाँ वो तुर पेंदे है कि नाल यूनियना हल करवाणगियाँ, पर कदों हल करवाणगियाँ, यूनियन किनिया कट्ठिया होंदियाँ, सवाल यह भी है। सवाल असं इको पुछ रहे हैं, सवाल असं यह पुछ रहे हैं किसानों की वाया गवर्नर आई मंगा सूबा सरकार कि ना सुनेगी। राजवाल साहब एक गल डॉक्टर जगवंत सिंह ने कही हैगी है कि जो कोआर्डीनेशन हो जूगी आप तो किसान यूनियन की आपस में कोआर्डीनेशन नहीं है कि ये तो सारिया जथेबंदियां कहीं कट्ठिया हो जाए, यह हो सकता है, पॉसीबल है? तो मैं नाल सवाल, मेरा सवाल पूरा भी सुन लो, मेरा सवाल नाल भी है कि ये पंजाब के हित में है। हाँ बिल्कुल पंजाब के हित है, पर एक गल होर सानूं समझनी पएगी, अज जिनी मायूसी पंजाब के लोगों के है, मैनूं अफसोस हुंदा बहुत बारी मैं रोज़ डिबेट्स देखदा जिहड़ियां पोलीटिकल पार्टियां दे नुमाइंदे आउंदे ने, आपो अपनी पार्टी नूं डिफेंड करन आउंदे ने ग्राउंड रियैलिटी तो, जिवें उहनां दे अंदर उहनां दी आत्मा कहिंदी हुंदी है बोली ना, उहदे ते बोलदे नहीं। अज जिन्नी मायूसी है, तुसीं देखो साडे बच्चे इत्थे नहीं कोई पढ़न नूं तैयार, आईलेट्स करके सारे बाहर नूं भज्जे जा रहे ने, जिहड़े पिछे रह गए उन्हां नूं हायर एजुकेशन इन्नी महंगी हो गई, पेरेंट्स कहिंदे भी इन्ना पैसे खर्च के पढ़ाउण दा की फायदा, किसी पासे किते फिट तां इहने होणा नहीं। ते किसे पहलू तो लै लो, नशियां दे पहलू तो लै लो, लोग परेशान होए पए ने, तो इस करके जदों इदां दी स्थिति हुंदी है तां पोलीटिकल लीडरशिप नूं हर पोलीटिकल पार्टी नूं सोचना चाहिए भी लोग जाण किधर नूं। प्रोफेसर जगवंत सिंह होरां दी गल बिल्कुल दुरुस्त है, इन्नी तेजी नाल बदल रहा सारा सीन, तो एक दिन हो जाना है भी लोग सारे बाहर आ जाए। तुहाडा मैमोरेंडम मैं पढ़ रहा सी जिहड़ा तुसीं गवर्नर नूं दित्ता है राजवाल साहब, जिहड़े मुद्दे तुसीं उहदे विच चुके आ, उहदे विच तुसीं बेरोजगारी वाली गल भी की है, गऊ सैस वाली भी गल की है, उहदे तों भी यही इशारा हो रहा कि तुसीं चाहुंदे हो कि सारे जथेबंदियां इकट्ठियां होण, पर हो सकता है
ਇਹ ਬਿਲਕੁਲ ਹੋ ਸਕਦਾ ਕੋਈ ਏਡੀ ਏਡੀ ਜਦੋਂ ਲੋਕ ਸਾਰੇ ਇਕੱਠੇ ਹੁੰਦੇ ਆ ਜੀ ਹਾਲਾਤ ਪੈਦਾ ਹੋ ਜਾਂਦੇ ਨੇ ਲੋਕਾਂ ਨੂੰ ਇਕੱਠੇ ਹੋਣਾ ਪੈਂਦਾ ਔਰ ਅੱਜ ਅਸੀਂ ਤਾਂ ਇਹ ਵੀ ਨਹੀਂ ਕਿਹਾ ਅਸੀਂ ਕਿਹਾ ਵੀ ਸਾਡੇ 'ਤੇ ਨਾ ਰਹੋ ਗਵਰਨਰ ਨੂੰ ਕਿਹਾ ਮੈਮੋਰੈਂਡਮ ਖੁਦ ਮੰਗਵਾ ਕੇ ਪੜ੍ਹ ਇਹਨਾਂ ਦਾ ਮੈਨੀਫੈਸਟੋ ਖੁਦ ਮੰਗਵਾ ਕੇ ਪੜ੍ਹ ਔਰ ਜਿਹੜੀਆਂ ਉਸ ਵੇਲੇ ਦੀਆਂ ਚੋਣਾਂ ਤੋਂ ਪਹਿਲਾਂ ਸਪੀਚਸ ਕੀਤੀਆਂ ਅੱਜ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਉਹ ਤੁਸੀਂ ਉਹਨਾਂ ਦੀਆਂ ਜਿਹੜੀਆਂ ਸਪੀਚਸ ਨੇ ਵਾਇਰਲ ਹੋਈਆਂ ਉਹਨਾਂ ਦੀਆਂ ਪੋਸਟਾਂ ਉਹ ਸਾਰੀਆਂ ਮੰਗਵਾ ਕੇ ਪੜ੍ਹੋ ਫਿਰ ਦੇਖੋ ਵੀ ਇਹ ਕਿੱਥੇ ਖੜੇ ਨੇ ਫਿਰ ਉਹਦਾ ਮੁਕਾਬਲਾ ਕਰੋ ਜੋ ਮੈਨੀਫੈਸਟੋ 'ਚ ਵਾਅਦਾ ਕੀਤਾ ਸਰਕਾਰ ਨੇ ਅੱਜ ਤਾਈਂ ਕੀਤਾ ਕੀ ਹੈ ਉਹਦਾ ਮੁਕਾਬਲਾ ਕਰਕੇ ਦੇਖੋ ਕੱਖ ਨਹੀਂ ਪੂਣੀ ਕੱਤੀ ਹਾਂ ਵਕਤ ਨੂੰ ਧੱਕਾ ਲਾ ਰਹੇ ਨੇ ਨਾ ਲੋਕਾਂ ਦੀ ਜਿਹੜੀ ਅੱਜ ਨਬਜ਼ ਹੈ ਉਹਦੇ ਉੱਤੇ ਇਹਨਾਂ ਦਾ ਹੱਥ ਹੈ ਠੀਕ ਹੈ ਡਾਕਟਰ ਜਗਵੰਤ ਸਿੰਘ ਜਿਹੜਾ ਇਸ਼ਾਰਾ ਤੁਸੀਂ ਕੀਤਾ ਸੀ ਮੈਂ ਉਸੇ ਸਵਾਲ 'ਤੇ ਦੁਬਾਰਾ ਫੋਕਸ ਕਰ ਰਿਹਾ ਕਿ ਇਹ ਪੰਜਾਬ ਦੇ ਲੋਕਾਂ ਲਈ ਕੋਈ ਬਹੁਤ ਵੱਡਾ ਖਤਰਾ ਤਾਂ ਨਹੀਂ ਹੈਗਾ ਇਹ ਲੋਕ ਲਹਿਰ ਕਿਉਂਕਿ ਲੋਕ ਲਹਿਰ ਦੇ ਵਿੱਚ ਸ਼ਰਾਰਤੀ ਅੰਸਰ ਵੀ ਆ ਜਾਂਦੇ ਆ ਕਿਉਂਕਿ ਅਸੀਂ ਇਸ ਤੋਂ ਪਹਿਲਾਂ ਦੇਖ ਚੁੱਕੇ ਹਾਂ ਜਿਸ ਤਰੀਕੇ ਦੇ ਪੰਜਾਬ ਦੇ ਹਾਲਾਤ ਬਣੇ ਹੋਏ ਆ ਔਰ ਜਿੱਦਾਂ ਨਾਲ ਕਹੋ ਜ਼ਮੀਨੀ ਸਤਰ 'ਤੇ ਲੋਕ ਦੁਖੀ ਹੋ ਰਹੇ ਨੇ ਮੈਨੂੰ ਇਹ ਲੱਗਦਾ ਕਿਸੇ ਮੌਕੇ ਲੋਕ ਇਕੱਠੇ ਹੋਣਗੇ ਉਹ ਮੈਂ ਇਸ ਕਰਕੇ ਵੀ ਕਹਿ ਸਕਦਾ ਚਲੋ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰ ਲੈਂਦਾ ਇੰਟਲੈਕਚੁਅਲ ਜਿਹੜੇ ਰਿਟਾਇਰ ਹੋ ਚੁੱਕੇ ਆ ਉਹਨੂੰ ਕਈ ਸਾਲ ਹੋ ਚੁੱਕੇ ਆ ਉਹ ਵੀ ਬੈਠ ਕੇ ਗੱਲਬਾਤ ਕਰ ਰਿਹਾ ਕਿ ਪੰਜਾਬ ਦੇ ਹਾਲਾਤ ਦਾ ਅਸੀਂ ਕੀ ਕਰੀਏ ਜਿਹਨਾਂ ਦਾ ਕੋਈ ਰਾਜਸੀ ਮੁੱਦਾ ਨਹੀਂ ਹੈ ਕਿਸਾਨੀ ਆਪਣੀ ਜਗ੍ਹਾ ਬਾਕੀ ਲੋਕ ਆਪਣੀ ਜਗ੍ਹਾ ਸਿੱਖਿਆ ਦੇ ਖੇਤਰ ਵਿੱਚ ਇੰਨਾ ਕੁ ਖਰਾਬੀ ਹੋ ਚੁੱਕੀ ਆ ਕਿ ਬੱਚਿਆਂ ਦਾ ਕੋਈ ਫਿਊਚਰ ਨਜ਼ਰ ਨਹੀਂ ਆਉਂਦਾ ਅਤੇ ਜਦੋਂ ਮਾਂ ਬਾਪ ਅਤੇ ਪੰਜਾਬੀ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਕਿਸੇ ਮੌਕੇ ਤਾਂ ਉਹਨਾਂ ਦੇ ਹਿੱਤਾਂ ਲਈ ਉਹਨਾਂ ਦੇ ਫਿਊਚਰ ਲਈ ਉਹਨਾਂ ਨੂੰ ਇਕੱਠੇ ਹੋਣਾ ਪਏਗਾ ਔਰ ਮੈਂ ਉਮੀਦ ਕਰਦਾ ਵੀ ਉਸ ਮੌਕੇ ਜੋ ਇਕੱਠ ਬਣੇਗਾ ਉਹ ਇੱਕ ਗੈਰ ਰਾਜਸੀ ਹੋਏਗਾ ਜੋ ਰਾਜਸੀ ਸਿਸਟਮ 'ਤੇ ਪ੍ਰੈਸ਼ਰ ਲਿਆਏਗਾ ਅਤੇ ਇਹਨਾਂ ਨੂੰ ਮਜਬੂਰ ਕਰੇਗਾ ਕਿ ਵੀ ਉਹਨਾਂ ਮੁੱਦਿਆਂ ਨੂੰ ਐਡਰੈਸ ਕਰਨ ਮੈਂ ਆ ਰਿਹਾ ਮਾਲ ਕੀ ਗਰੰਟੀ ਹੈ ਕਿ ਉਹ ਇਕੱਠ ਹੈ ਜਿਹੜਾ ਧੋਖਾ ਨਹੀਂ ਦੇਵੇਗਾ ਜਵੰਤ ਸਿੰਘ ਜੀ ਜਦੋਂ ਤੋਂ ਲੋਕ ਇਕੱਠੇ ਹੁੰਦੇ ਆ ਇਸ ਗੱਲ ਦਾ ਤੁਸੀਂ ਕੋਈ ਗਰੰਟੀ ਤਾਂ ਨਹੀਂ ਲੈ ਸਕਦੇ ਕਿ ਉਸ ਵਿੱਚ ਧੋਖਾ ਨਹੀਂ ਹੁੰਦਾ ਹੋਏਗਾ ਪਰ ਉਮੀਦ ਕੀਤੀ ਜਾਂਦੀ ਹੈ ਵੀ ਜਦੋਂ ਸਭ ਇੱਕ ਦੁੱਖ ਸਾਂਝੇ ਹੋਣਗੇ ਤਾਂ ਇਕੱਠੇ ਰਹਿਣਗੇ ਮਾਲ ਸਿੰਘ ਦੇਖੋ ਇੱਕ ਬੜੀ ਵਧੀਆ ਤੁਸੀਂ ਗੱਲ ਕਹੀ ਕੇ ਪੀ ਜੀ ਵੀ ਅਸੀਂ ਹਰ ਵਾਰ ਡਿਬੇਟ ਕਰਦੇ ਹਾਂ ਅਤੇ ਡਿਬੇਟ 'ਚੋਂ ਨਿਕਲਦਾ ਕੀ ਹੈ ਐਜ ਏ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮੈਂ ਦੋ ਤਿੰਨ ਗੱਲਾਂ ਕਰਨਾ ਚਾਹੁੰਦਾ ਇੱਕ ਪਾਸੇ ਜਿੱਥੇ ਰਾਜਨੀਤਿਕ ਸਿਸਟਮ ਦਾ ਫੇਲੀਅਰ ਹੈਗਾ ਹੀ ਹੈਗਾ ਐਵੇਂ ਮੈਂ ਕਹਾਂ ਬਹੁਤ ਵਧਾ ਚੜਾ ਕੇ ਵੀ ਬੜਾ ਸਭ ਕੁਝ ਠੀਕ ਕਰਤਾ ਉਹ ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਆ ਲੇਕਿਨ ਇੱਕ ਬੜੀ ਸੋਚਣ ਵਾਲੀ ਗੱਲ ਹੈ ਕੇ ਪੀ ਜੀ ਅੱਜ ਤੋਂ 15-20 ਸਾਲ ਪਹਿਲਾਂ ਕਿਸਾਨ ਜਿਹੜੇ ਸੀ ਉਹ ਅਗਵਾਈ ਕਰਦੇ ਹੁੰਦੇ ਸੀ ਲਾਲ ਬਹਾਦਰ ਸ਼ਾਸਤਰੀ ਆਪਣੇ ਚੌਧਰੀ ਚਰਨ ਸਿੰਘ ਦੇਵੀ ਲਾਲ ਪ੍ਰਕਾਸ਼ ਸਿੰਘ ਬਾਦਲ ਮੁਲਾਇਮ ਸਿੰਘ ਅੱਜ ਕਿਸਾਨ ਲੀਡਰਸ਼ਿਪ ਹੀ ਨਹੀਂ ਉਹ ਲੋਕ ਕਿਤੇ ਨਾ ਕਿਤੇ ਜਿਹੜੇ ਕਿਸਾਨ ਲੀਡਰ ਇਨੀਸ਼ੀਏਟਿਵ ਲੈਂਦੇ ਆ ਲੋਕ ਉਹਨਾਂ ਨੂੰ ਦਤਕਾਰ ਦਿੰਦੇ ਆ ਇਹ ਬੜੀ ਚਿੰਤਾ ਦਾ ਸਵਾਲ ਹੈ ਕਿਸਾਨਾਂ ਦੀ ਗੱਲ ਕੌਣ ਕਰੂਗਾ ਇੱਕ ਮੈਂ ਥੋੜ੍ਹਾ ਨਾਲ ਜੋੜ ਦੇਵਾਂ ਤੁਸੀਂ ਕਹਿ ਰਹੇ ਲੋਕ ਉਹਨਾਂ ਨੂੰ ਦਤਕਾਰ ਦਿੰਦੇ ਆ ਤੇ ਕਈ ਸਿਆਸਤ ਉਹਨਾਂ ਨੂੰ ਕੁਰਸੀ ਦੇ ਕੇ ਚੁੱਪ ਵੀ ਕਰਾ ਦਿੰਦੀ ਮੈਂ ਉਹ ਤੇ ਆ ਰਿਹਾ ਸੀ ਨਾ ਦੂਜੀ ਜਿਹੜੀ ਗੱਲ ਜਿਹੜੀਆਂ ਸਾਡੀਆਂ ਜਥੇਬੰਦੀਆਂ ਚਾਹੇ ਟੀਚਰਾਂ ਦੀ ਗੱਲ ਕੀਤੀ ਡਾਕਟਰ ਸਾਹਿਬ ਉਹਨਾਂ ਨੇ ਬੜੀ ਜਾਇਜ਼ ਗੱਲ ਕੀਤੀ ਅਤੇ ਰਾਜੇਵਾਲ ਸਾਹਿਬ ਤੇ ਆਪਣੇ ਆਪ 'ਚ ਬਹੁਤ ਵੱਡੇ ਸੰਘਰਸ਼ ਕਰਕੇ ਕਿਸਾਨਾਂ ਨੇਤਾ ਹੈ ਜਿਹੜੀਆਂ ਜਥੇਬੰਦੀਆਂ ਇਹ ਵੀ ਰਾਜਨੀਤਿਕ ਲੀਡਰਾਂ ਦੇ ਗੋਦੀਆਂ 'ਚ ਬਹਿ ਜਾਂਦੀਆਂ ਜਾ ਕੇ ਇਹ ਵੀ ਆਪਣੇ ਸਿਧਾਂਤਾਂ ਨਾਲ ਕੰਪਰੋਮਾਈਜ਼ ਕਰ ਦਿੰਦੀਆਂ ਜਿੱਥੇ ਇਹਨਾਂ ਦੇ ਪਰਸਨਲ ਇੰਟਰਸਟ ਮਤਲਬ ਫੁੱਲਫਿਲ ਹੋ ਜਾਂਦੇ ਆ ਇਹ ਇੱਕ ਚਿੰਤਾ ਦਾ ਸਵਾਲ ਹੈ ਪੰਜਾਬ ਵਾਸਤੇ ਕੀ ਸਾਰੇ ਦੇਸ਼ ਵਾਸਤੇ ਬੜੀ ਮੁਸ਼ਕਲ ਵਾਲਾ ਸਮੇਂ ਹੈ ਉਹਦਾ ਕਈ ਕਾਰਨ ਆ ਉਹਦਾ ਇੱਕ ਕਾਰਨ ਕਿ ਸਰਕਾਰਾਂ ਦਾ ਫੇਲਰ ਤਾਂ ਹੈਗਾ ਹੀ ਹੈਗਾ ਲੋਕਾਂ ਨੂੰ ਵੀ ਜ਼ਿੰਮੇਵਾਰ ਹੋਣਾ ਪੈਣਾ ਕਿਸਾਨਾਂ ਨੂੰ ਆਪਣੇ ਜਿਹੜੇ ਹੈਗੇ ਆ ਖਰਚੇ ਵੀ ਘਟਾਉਣੇ ਪੈਣੇ ਆ ਅੱਜ ਪਿੰਡਾਂ 'ਚ ਮੁੰਡਾ ਤਾਂ ਕੋਈ ਟਰੈਕਟਰ ਚਲਾ ਕੇ ਰਾਜੀ ਨਹੀਂ ਆ ਕੋਈ ਖਾਦ ਪਾ ਕੇ ਰਾਜੀ ਨਹੀਂ ਆ ਕਿਹੜਾ ਕੰਮ ਕਰਦਾ ਹਰੇਕ ਬੰਦਾ ਲੇਬਰ ਭਾਲਦਾ ਉਹ ਖਰਚੇ ਗਿਣਦੇ ਨਹੀਂ ਹਰ ਚੀਜ਼ ਲਈ ਕੰਗ ਸਾਹਿਬ ਕਿਸੇ ਬਹੁਤ ਸਾਰੇ ਇਹ ਪੂਰਾ ਸਬਜੈਕਟ ਹੈ ਤੇ ਮੇਰੇ ਨਾਲ ਜਦ ਮਰਜ਼ੀ ਡਿਬੇਟ ਕਰ ਲਿਓ ਮੈਂ ਤੁਹਾਨੂੰ ਜਵਾਬ ਦੇਵਾਂਗਾ ਠੀਕ ਹੈ ਠੀਕ ਹੈ ਮੇਰਾ ਮਤਲਬ ਹੈ ਵੀ ਇਹ ਵੀ ਇੱਕ ਪਕਸ਼ ਹੈਗਾ ਇਹ ਵੀ ਇੱਕ ਬੜਾ ਵੱਡਾ ਪਕਸ਼ ਹੈ ਸੁਦੇਸ਼ ਰੋਪੜ ਠੀਕ ਹੈ ਸੁਦੇਸ਼ ਰੋਪੜ ਤੁਸੀਂ ਬੜਾ ਸੰਘਰਸ਼ ਕੀਤਾ ਹੈਗਾ ਦੀਆਂ ਮੰਗਾਂ ਲਈ ਇਨਟੋਕ ਦੇ ਨਾਲ ਤੁਸੀਂ ਜੁੜੇ ਰਹੇ ਤੁਸੀਂ ਹੁਣ ਵੀ ਉਹਨਾਂ ਦੇ ਮੁੱਦੇ ਚੱਕਦੇ ਰਹਿੰਦੇ ਹੋ ਸੁਦੇਸ਼ ਰੋਪੜ ਮੇਰਾ ਸਵਾਲ ਇਹ ਹੈਗਾ ਕਿ ਜਿਹੜੇ ਸੰਘਰਸ਼ ਕਰਦੇ ਹੈਗੇ ਆ ਜੇ ਉਹ ਇਕੱਠੇ ਹੋ ਗਏ ਸਰਕਾਰ ਲਈ ਤਬੀਅਤ ਤਾਂ ਬਣ ਜੂਗੀ ਮੈਂ ਸਿਆਸਤ ਤੋਂ ਉੱਪਰ ਉੱਠ ਕੇ ਗੱਲ ਕਰੂੰਗਾ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹਰ ਵਰਗ ਦੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਪਰ ਉਹਦੇ 'ਚ ਸਭ ਤੋਂ ਵੱਡਾ ਦੁਖਾਂਤ ਕੀ ਹੈ ਕੇ ਪੀ ਜੀ ਮੈਂ ਆਪਣੇ ਤਜਰਬੇ ਤੋਂ ਕਹਿਣਾ ਦੇਖੋ ਇਹ ਆਪਣਾ ਰਾਜੇਵਾਲ ਸਾਹਿਬ ਦਾ ਤਜਰਬਾ ਮੇਰੇ ਨਾਲੋਂ ਜ਼ਿਆਦਾ ਬਹੁਤ ਜ਼ਿਆਦਾ ਮੈਂ ਖੈਰ ਇਹਨਾਂ ਦੇ ਬਰਾਬਰੀ ਤਾਂ ਨਹੀਂ ਗੱਲ ਕਰ ਸਕਦਾ ਬਟ ਮੈਂ ਜਿਹੜੀ ਇੱਕ ਗੱਲ ਕਰਨੀ ਚਾਹੁੰਦਾ ਵੀ ਜਦੋਂ ਅਸੀਂ ਸਾਡੀ ਪ੍ਰੋਬਲਮ ਕੀ ਹੈ ਇਕੱਠੇ ਹੋਣ ਦੀ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਉਸ ਟਾਈਮ ਦੇ ਉੱਤੇ ਅਸੀਂ ਜਿਵੇਂ 10 ਜਥੇਬੰਦੀਆਂ ਕੋਈ ਇਕੱਠੀਆਂ ਹੋ ਗਈਆਂ ਤਾਂ ਸਾਡਾ ਇਕੱਠ ਹੁੰਦਾ 8,000 ਦਾ ਜਦੋਂ ਕਿਸੇ ਇਕੱਲੇ ਨੂੰ ਜ਼ੋਰ ਲਾਉਣ ਦੀ ਗੱਲ ਕਰੋ 10,000 ਦਾ ਇਕੱਲਾ ਕਰ ਲੈਂਦਾ ਉੱਥੇ ਜਾ ਕੇ ਕਿਤੇ ਨਾ ਕਿਤੇ ਇਮਾਨਦਾਰੀ ਦੀ ਘਾਟ ਰਹਿੰਦੀ ਹੈ ਇਹ ਗੱਲ ਮੈਂ ਸਵੈ ਪੜਚੋਲ 'ਚੋਂ ਕਹਿਣਾ ਉਹਦੇ ਵਿੱਚ ਮੈਂ ਵੀ ਸ਼ਾਮਿਲ ਹਾਂ ਜਦੋਂ ਅਸੀਂ ਇਕੱਠੇ ਹੋ ਕੇ ਕੋਈ ਸੰਘਰਸ਼ ਕਰਦੇ ਹਾਂ ਉਦੋਂ ਸੋਚਦਾ ਉਹ ਕਰ ਲੂਗਾ ਦੂਜਾ ਸੋਚਦਾ ਉਹ ਕਰ ਲੂਗਾ ਤੀਜਾ ਸੋਚ ਜਦੋਂ ਤੱਕ ਅਸੀਂ ਇਮਾਨਦਾਰੀ ਨਾਲ ਇੱਕ ਪਲੇਟਫਾਰਮ 'ਤੇ ਇਕੱਠੇ ਨਹੀਂ ਹੁੰਦੇ ਤਾਂ ਸਾਨੂੰ ਜਿਹੜਾ ਹੈਗਾ
ਕੀਤੀ ਜਮਾਤ ਹੈ ਜਿਹੜੀ ਮਿਹਨਤਕਸ਼ ਜਮਾਤ ਹੈ ਉਹਦੇ ਵਾਸਤੇ ਇਹ ਮੁਸ਼ਕਲਾਂ ਆਉਂਦੀਆਂ ਹੀ ਰਹਿਣੀਆਂ ਨੇ ਔਰ ਜਦੋਂ ਇਹ ਕਿਰਤੀ ਜਮਾਤ ਮਿਹਨਤਕਸ਼ ਜਮਾਤ ਇਕੱਠੀ ਹੋ ਗਈ ਮੇਰੇ ਖਿਆਲ ਦੇ ਵਿੱਚ ਕੋਈ ਸਰਕਾਰ ਸਾਨੂੰ ਇਹ ਲੀਗਲ ਡਾਕੂਮੈਂਟ ਕਰਾਉਣ ਦੀ ਲੋੜ ਨਹੀਂ ਪੈਣੀ ਸਾਨੂੰ ਕੁਝ ਹੋਰ ਕਰਾਉਣ ਦੀ ਲੋੜ ਨਹੀਂ ਪੈਣੀ ਅਗਲਾ ਸੋਚ ਕੇ ਤੁਹਾਡੇ ਨਾਲ ਵਾਅਦਾ ਕਰੂਗਾ ਅਤੇ ਸੋਚ ਕੇ ਉਹਨੂੰ ਪੂਰਾ ਕਰਨਾ ਪਊਗਾ ਇਸ ਕਰਕੇ ਇਕੱਠੇ ਵਾਲੀ ਗੱਲ ਦੇ ਨਾਲ ਤਾਂ ਮੈਂ ਕੇ ਪੀ ਜੀ ਨਾਲ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਮੈਂ ਰਾਜੇਵਾਲ ਸਾਹਿਬ ਦੀ ਗੱਲ ਨਾਲ ਵੀ ਸਹਿਮਤ ਹਾਂ ਪਰ ਮੈਂ ਇਹਦੇ ਨਾਲ ਇੱਕ ਗੱਲ ਜੋੜਨੀ ਚਾਹੂੰਗਾ ਰਾਜੇਵਾਲ ਸਾਹਿਬ ਚਾਹੇ ਮੇਰਾ ਬੁਰਾ ਮਨਾਉਣ ਕੋਈ ਜ਼ਮਾਨਾ ਸੀ ਜਦੋਂ ਲੱਖੋਵਾਲ ਸਾਹਿਬ ਅਤੇ ਰਾਜੇਵਾਲ ਸਾਹਿਬ ਦਾ ਪੰਜਾਬ 'ਤੇ ਨਾਮ ਲੈਂਦਾ ਸੀ ਹਰ ਕਿਸਾਨ ਇਹਨਾਂ ਦੇ ਪਿੱਛੇ ਸੀਗਾ ਬਟ ਲੱਖੋਵਾਲ ਸਾਹਿਬ ਨੇ ਜਿੱਦਾਂ ਰਾਜਨੀਤੀ 'ਚ ਪੈਰ ਧਰ ਲਿਆ ਉਹਨਾਂ ਨੇ ਰਾਜੇਵਾਲ ਸਾਹਿਬ ਦਾ ਵੀ ਨੁਕਸਾਨ ਕਰਾਤਾ ਦੇਖੋ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਉਹ ਨਹੀਂ ਲੱਖੋਵਾਲ ਸਾਹਿਬ ਨੇ 10 ਸਾਲ ਆਨੰਦ ਮਾਣਿਆ ਕੁਰਸੀ ਦਾ ਔਰ ਉਸ ਉਹਨਾਂ ਦੀ ਕੁਰਸੀ ਦੇ ਆਨੰਦ ਮਾਣਨ ਨੇ ਕਿਸਾਨ ਲੀਡਰਸ਼ਿਪ ਨੂੰ ਕਟਹਿਰੇ 'ਚ ਜਾ ਕੇ ਲੈ ਕੇ ਖੜਾ ਕਰਤਾ ਔਰ ਕਿਸਾਨ ਲੀਡਰਸ਼ਿਪ ਦੇ ਉੱਤੇ ਜੋ ਕਿਸਾਨ ਲੀਡਰਸ਼ਿਪ ਦਾ ਉਹ ਕੱਦ ਸੀ ਉਹ ਘਟਿਆ ਉਹਦੇ ਨਾਲ ਵਧਿਆ ਨਹੀਂ ਕਿਉਂਕਿ ਜੇ ਇੱਕ ਲੀਡਰ ਦੇ ਨਾਲ ਮੇਰੇ ਖਿਆਲ ਦੇ ਵਿੱਚ ਮੈਂ ਸਮਝਦਾ ਵੀ ਉਹਨਾਂ ਨੇ ਉਹ ਕੰਪਰੋਮਾਈਜ਼ ਕਰਕੇ ਜਿਹੜਾ ਹੈਗਾ ਕਿਸਾਨੀ ਦਾ ਅਤੇ ਕਿਸਾਨ ਦੀ ਕਿਸਾਨ ਲੀਡਰਸ਼ਿਪ ਦਾ ਉਹਦੇ 'ਚ ਬਹੁਤ ਵੱਡਾ ਨੁਕਸਾਨ ਕੀਤਾ ਇੱਕ ਛੋਟਾ ਬ੍ਰੇਕ ਲੈਣੇ ਬ੍ਰੇਕ ਤੋਂ ਵਾਪਸ ਆਵਾਂਗੇ ਆਰ ਰਾਜਵਾਲ ਸਾਹਿਬ ਬ੍ਰੇਕ ਤੋਂ ਵਾਪਸ ਆਵਾਂਗੇ ਜਿਹੜੀ ਗੱਲ ਹੁਣ ਇਸ ਚਰਚਾ ਦੇ ਵਿੱਚ ਨਿਕਲੀ ਹੈ ਮੈਂ ਕੋਸ਼ਿਸ਼ ਕਰ ਰਿਹਾ ਕਿ ਇਸ ਚਰਚਾ ਦੇ ਵਿੱਚ ਕੋਈ ਨਿਚੋੜ ਨਿਕਲੇ ਅਸਲ ਵਿੱਚ ਹੋ ਕੀ ਰਿਹਾ ਹੈਗਾ ਸਵਾਲ ਇਹ ਹੈਗਾ ਸੰਘਰਸ਼ ਜਿਹੜਾ ਵਿੱਢਿਆ ਜਾਂਦਾ ਹੈਗਾ ਸੰਘਰਸ਼ ਦਾ ਅੰਜਾਮ ਨਹੀਂ ਹੁੰਦਾ ਗਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਗਵਰਨਰ ਹਾਊਸ ਤੱਕ ਮੰਗਾਂ ਪਹੁੰਚਾਉਣ ਤੱਕ ਕੀ ਲੱਗਿਆ ਅਤੇ ਮੰਗਾਂ ਨੂੰ ਲਾਗੂ ਕਰਵਾਉਣ ਦੇ ਵਿੱਚ ਕੀ ਲੱਗੇਗਾ ਗਵਰਨਰ ਹਾਊਸ ਤੋਂ ਸਿਰਫ ਭਰੋਸਾ ਮਿਲ ਸਕਦਾ ਉਹ ਮੰਗਾਂ ਮੰਨੀਆਂ ਜਾ ਸਕਦੀਆਂ ਮੰਨੀਆਂ ਜਾ ਸਕਦੀਆਂ ਸਵਾਲ ਇਹ ਉੱਠ ਖੜਾ ਹੋਇਆ ਕਿ ਇਕੱਠੇ ਹੋਣਾ ਪਵੇਗਾ ਜੋ ਤਿੱਕਰ ਤੁਸੀਂ ਪਾੜ 'ਚ ਰਹੋਗੇ ਅਤੇ ਸਿਆਸਤ ਦਾ ਚੁਣੌਤੀ ਹੈ ਪਾੜੋ ਅਤੇ ਰਾਜ ਕਰੋ ਬ੍ਰੇਕ ਤੋਂ ਵਾਪਸ ਆ ਰਹੇ ਕਿਸ ਦੀ ਪੰਡ ਪਾ ਰਹੀ ਹੈ ਕਿਸਾਨਾਂ ਦੀ ਵਾਇਆ ਗਵਰਨਰ ਆਈਆਂ ਮੰਗਾਂ ਨੂੰ ਸੂਬਾ ਸਰਕਾਰ ਕਿੰਨਾ ਸੁਣੇਗੀ ਰਾਜਵਾਲ ਸਾਹਿਬ ਤੁਸੀਂ ਇੱਕ ਤਾਂ ਆਪਣੀ ਗੱਲ ਪੂਰੀ ਕਰ ਲਓ ਫਿਰ ਮੈਂ ਤੁਹਾਡੇ ਤੋਂ ਸਵਾਲ ਵੀ ਲੈ ਲੂੰਗਾ ਨਹੀਂ ਮੈਂ ਇਹ ਦੱਸਣਾ ਚਾਹੁੰਦਾ ਸੀ ਅੱਜ ਜਦੋਂ ਅਸੀਂ ਮੈਮੋਰੈਂਡਮ ਦਿੱਤਾ ਗਵਰਨਰ ਸਾਹਿਬ ਨੂੰ ਇੱਕ ਗੱਲ ਮੈਂ ਉਹਨਾਂ ਨੂੰ ਕਹੀ ਸੀ ਵੀ ਗਵਰਨਰ ਸਾਹਿਬ ਇਸ ਗੱਲ ਨੂੰ ਗੰਭੀਰਤਾ ਨਾਲ ਲਓ ਅਸੀਂ ਜਦੋਂ ਇਹ ਸਰਕੂਲੇਟ ਕੀਤੇ ਦਸਖਤ ਕਰਨ ਵਾਸਤੇ ਮੈਮੋਰੈਂਡਮ ਦੀਆਂ ਕਾਪੀਆਂ ਦੇ ਬੈਕ ਸਾਈਡ 'ਤੇ ਸਾਰੇ ਕਿਸਾਨਾਂ ਨੇ ਦਸਖਤ ਕੀਤੇ ਹੈ ਦੋ ਤਿੰਨ ਕੁ ਮੰਗਾਂ ਬੈਕ ਸਾਈਡ ਤੱਕ ਗਈਆਂ ਛਪਣ ਵਾਸਤੇ ਮੈਂ ਕਿਹਾ ਵੀ ਇਹ ਸਾਤੋਂ ਐਂ ਮੰਗ ਮੰਗ ਕੇ ਲੈ ਮੇਰੇ ਵੀ ਦਸਖਤ ਕਰਾਓ ਇਹਦਾ ਮਤਲਬ ਲੋਕ ਇਹਨੂੰ ਪੜ੍ਹ ਕੇ ਪਹਿਲਾਂ ਇਹਨੂੰ ਡਿਸਕਸ ਕੀਤਾ ਫਿਰ ਅਗਲੇ ਨੇ ਦਸਖਤ ਕੀਤਾ ਹੁਣ ਇਹ ਜਿਹੜੇ  6 ਲੱਖ ਦਸਖਤ ਕਰਾਏ ਨੇ ਇਹਦਾ ਮਤਲਬ ਇੱਕ ਪਿੰਡਾਂ 'ਚ ਚਰਚਾ ਦਾ ਵਿਸ਼ਾ ਤਾਂ ਬਣਿਆ ਦੂਜੀ ਗੱਲ ਮੈਂ ਕਿਹਾ ਵੀ ਇੱਕ ਇੱਕ ਧਿਆਨ ਕਰਿਓ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਸਾਡਾ ਜਿਹੜਾ ਨੌਜਵਾਨ ਪੀੜ੍ਹੀ ਹੈ ਉਹ ਇਹੋ ਜਿਹੇ ਦੌਰ 'ਚੋਂ ਗੁਜ਼ਰ ਰਹੀ ਹੈ ਨਾ ਤਾਂ ਉਹਨਾਂ ਨੂੰ ਅੱਗੇ ਕੁਛ ਰੁਜ਼ਗਾਰ ਦਿੰਦਾ ਨਾ ਬਾਪੂ ਦੇ ਕੋਈ ਪੈਸਾ ਹੈ ਨਾ ਉਹਨਾਂ ਨੂੰ ਕੋਈ ਤਜਰਬਾ ਕੁਛ ਕਰਨ ਦਾ ਅਤੇ ਉਹ ਫਰਸਟ੍ਰੇਸ਼ਨ 'ਚ ਡਰੱਗ ਐਡਿਕਟ ਹੋਈ ਜਾ ਰਹੇ ਨੇ ਸਰਕਾਰ 10-10 ਗ੍ਰਾਮ ਦੇ ਚਲਾਣ ਤਾਂ ਕਰੀ ਜਾਂਦੀ ਉਹਨਾਂ ਨੂੰ ਹਸਪਤਾਲ 'ਚ ਨਹੀਂ ਭੇਜਦੀ ਜਿਹੜੇ ਵੱਡੀਆਂ ਮੱਛੀਆਂ ਉਹਨਾਂ ਨੂੰ ਹੱਥ ਨਹੀਂ ਪਾਉਂਦੀ ਅਤੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਮੈਂ ਉਹਨਾਂ ਨੂੰ ਕਿਹਾ ਜਦੋਂ ਜਵਾਨੀ ਮਾਯੂਸ ਹੋ ਜਾਏ ਤਾਂ ਦੋ ਹੀ ਕੰਮ ਹੁੰਦੇ ਨੇ ਜਾਂ ਉਹ ਮਰਦੀ ਹੈ ਜਾਂ ਮਾਰਦੀ ਹੈ ਜੇ ਕਿਤੇ ਕਿਸੇ ਨੇ ਕੋਈ ਇਹੋ ਜਿਹਾ ਇੱਥੇ ਪੰਜਾਬ ਵਿੱਚ ਜੱਬ ਛੇੜਤਾ ਸਾਰਾ ਪੰਜਾਬ ਅੱਗ 'ਚ ਲਪਟਾਂ 'ਚ ਜਲੂ ਇਹਨੂੰ ਗੰਭੀਰਤਾ ਨਾਲ ਲਓ ਹਾਲਾਤ ਗਰਾਊਂਡ ਲੈਵਲ 'ਤੇ ਬਹੁਤ ਮਾੜੇ ਨੇ ਇਹ ਵਾਜਬ ਪੁਆਇੰਟ ਤੁਹਾਡਾ ਰਾਜਵਾਲ ਸਾਹਿਬ ਮੈਂ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਸੀਗਾ ਪਿਛਲੇ ਸੈਗਮੈਂਟ ਦੇ ਵਿੱਚ ਸੁਦੇਸ਼ ਸਿੰਘ ਰੋਪੜ ਹਰਾਂ ਨੇ ਜਿਹੜੀ ਗੱਲ ਕਹੀ ਹੈ ਲੱਖੋਵਾਲ ਸਾਹਿਬ ਦਾ ਜ਼ਿਕਰ ਕੀਤਾ ਤੁਹਾਡੀ ਜੋੜੀ ਦਾ ਜ਼ਿਕਰ ਕੀਤਾ ਮੇਰਾ ਸਵਾਲ ਇਹ ਹੈਗਾ ਕਿ 6 ਲੱਖ ਤੁਸੀਂ ਕਹਿੰਦੇ ਦਸਤਖਤ ਅਸੀਂ ਕਰਾਏ ਪਿੰਡਾਂ ਤੱਕ ਇਹ ਗੱਲ ਪਹੁੰਚੀ ਹੈ ਇਹ ਕੀ ਗਰੰਟੀ ਹੈ ਰਾਜੇਵਾਲ ਸਾਹਿਬ ਜੇ ਉਹ 6 ਲੱਖ ਲੋਕਾਂ ਨੂੰ ਲੈ ਕੇ ਤੁਸੀਂ ਕਿਸੇ ਪਾਰਟੀ 'ਚ ਚਲੇ ਗਏ ਫਿਰ ਇਹਨਾਂ ਨੂੰ ਕੌਣ ਜਵਾਬ ਦੇਵੇਗਾ ਉਹਨਾਂ ਨੂੰ ਕਿਸੇ ਪਾਰਟੀ ਨਾਲ ਜੋੜਤਾ ਮੈਂ 47 ਸਾਲਾਂ 'ਚ ਤਾਂ ਕਿਸੇ ਪਾਰਟੀ 'ਚ ਮੈਂ ਗਿਆ ਨਹੀਂ ਹੁਣ ਮੈਂ ਆ ਗਿਆ ਅਖੀਰ 'ਤੇ 75 ਸਾਲਾਂ ਦਾ ਮੈਂ ਹੋ ਗਿਆ ਸਿਹਤ ਮੇਰੀ ਨਹੀਂ ਇਜਾਜ਼ਤ ਦਿੰਦੀ ਮੈਂ ਕਿਹੜੀ ਪਾਰਟੀ 'ਚ ਜਾਣਾ ਮੈਨੂੰ ਬਥੇਰੇ ਡੋਰੇ ਪਾ ਕੇ ਦੇਖ ਲਏ ਹਾਂ ਇੱਕ ਗੱਲ ਜ਼ਰੂਰ ਹੈ ਜਿਹੜੀ ਤੁਹਾਡੇ ਸਾਥੀ ਜਿਹੜੇ ਚਲੇ ਗਏ ਉਹਨਾਂ ਕਰਕੇ ਸਵਾਲ ਮੈਂ ਜਿਹੜੀ ਗੱਲ ਕਰਦਾ ਦੇਖੋ ਜੀ ਉਸ ਕੁਰਸੀ 'ਤੇ ਮੈਨੂੰ ਲੱਖੋਵਾਲ ਦੇ ਉਸ ਕੁਰਸੀ 'ਤੇ ਬੈਠਣ 'ਤੇ ਕੋਈ ਇਤਰਾਜ਼ ਨਹੀਂ ਜੇ ਉਸ ਕੁਰਸੀ ਤੇ ਬੈਠ ਕੇ ਉਹ ਕੁਝ ਕਰਕੇ ਦਿਖਾਉਂਦਾ ਫਿਰ ਇਹੀ ਇਹਨਾਂ ਨੇ ਉਹਦੀ ਸਿਫਤ ਕਰਨੀ ਮੈਂ ਸਿਫਤ ਕਰਦਾ ਬਿਲਕੁਲ ਕਰਦਾ ਉਹਨੇ ਕੁਝ ਨਹੀਂ ਕੀਤਾ ਤਾਂ ਸਾਨੂੰ ਇਹ ਸੁਣਨਾ ਪੈਂਦਾ ਇਹ ਮੈਂ ਤੁਸੀਂ ਰੋਕਿਆ ਸੀਗਾ ਚਲੋ ਮੈਂ ਇਸ ਡਿਬੇਟ ਤੋਂ ਪਾਸੇ ਹੋ ਗਏ ਸਵਾਲ ਪੁੱਛਦਾ ਹੈਗਾ ਤੁਸੀਂ ਰੋਕਿਆ ਸੀ ਲੱਖੋਵਾਲ ਸਾਹਿਬ ਨੂੰ ਉੱਥੇ ਜਾਣ ਨਹੀਂ ਮੇਰੇ ਨਾਲ ਇਹੋ ਜੀ ਕੋਈ ਉਹਨਾਂ ਦੀ ਗੱਲਬਾਤ ਨਹੀਂ ਸੀ ਉਹ ਮੈਂ ਹੁਣ ਇਹਦੇ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਬੜਾ ਔਖਾ ਸਵਾਲ ਹੈ ਵੈਸੇ ਨਹੀਂ ਸਵਾਲ ਬੜਾ ਔਖਾ ਮੇਰੇ ਨਾਲ ਇਹ ਆ ਗਿਆ ਡਿਬੇਟ ਵਿੱਚ ਮੇਰੇ ਡਿਬੇਟ ਦਾ ਹਿੱਸਾ ਨਹੀਂ ਸੀ ਮੇਰੇ ਉਸ ਵੇਲੇ ਉਹਨਾਂ ਨਾਲ ਬਹੁਤ ਵਧੀਆ ਸੰਬੰਧ ਨਹੀਂ ਸੀ ਇਸ ਕਰਕੇ ਮੇਰੀ ਉਹਨਾਂ ਨੇ ਰਾਏ ਕਿਵੇਂ ਲੈਣੀ ਮਾਲਵਿੰਦ ਸਿੰਘ ਕੰਗ ਤੁਹਾਨੂੰ ਪਤਾ ਲੱਗਿਆ ਸੀ ਸੰਬੰਧ ਚੰਗੇ ਨਹੀਂ ਹੈਗੇ ਪੱਟ ਲਓ ਐਸੀ ਗੱਲ ਨਹੀਂ ਗੀ ਕਿਉਂਕਿ ਲਹਿਰਾਂ ਤਾਂ ਐਂ ਟੁੱਟਦੀਆਂ ਮਾਲਵਿੰਦ ਸਿੰਘ ਕੰਗ ਲਹਿਰਾਂ ਐਂ ਟੁੱਟਦੀਆਂ ਨਹੀਂ 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 ਉਹ ਏਡੇ ਉਹ ਆਪਣੇ ਆਪ 'ਚ ਵੀ ਇੱਕ ਲੱਖੋਵਾਲ ਸਾਹਿਬ ਕੋਈ ਛੋਟੀ ਮੋਟੀ ਚੀਜ਼ ਹੈ ਵੀ ਕਿਸੇ ਲਾਲਚ ਆ ਕੇ ਛੋਟੇ ਮੋਟੇ ਲਾਲਚ 'ਚ ਆ ਕੇ ਕਿਸੇ ਦੇ ਨਾਲ ਲੱਗ ਜਾਣਗੇ ਉਹਨਾਂ ਦਾ ਆਪਣਾ ਕੋਈ ਸੋਚ ਨਹੀਂ ਆਪਣਾ ਨਜ਼ਰੀਆ ਨਹੀਂ ਉਹਨਾਂ ਨੇ ਇੰਨਾ ਸੰਘਰਸ਼ ਨਹੀਂ ਕੀਤਾ ਉਹਨਾਂ ਦੀ ਅਕਾਊਂਟੇਬਿਲਟੀ ਨਹੀਂ ਹੈ
चलो राजनी मैं ये नहीं कहता भी राजनीतिक तौर पर किसी ने नहीं जुड़ना चाहिए, जुड़ना चाहिए, लेकिन जेडे सिद्धांत है जेडे प्रिंसीपल है जिदे नाल तुहाडी पछाण है जिदे करके लोग तुहानू जानदे जेडे तुहाडे तो लोग उम्मीदां रखते हैं उहदे नाल कंप्रोमाइज़ नहीं करना चाहिए। डॉक्टर जवंत सिंह वैसे इस डिबेट का यह विशा नहीं हैगा सीगा पर आ गया क्योंकि लोक लहर की चर्चा तुसीं छेड़ी है। डॉक्टर जवंत सिंह इस लोक लहर दे विच जदों सियासत नूं यह पता लग जाए कि फुट पई हुई है फिर लोक लहर कित्थों काम करेगी। क्योंकि जे तुसीं अध्यापक यूनियन की गल करते हो उनके भी बहुत यूनियन बनिया हुई हैं, जे तुसीं किसानों की गल करो किसानों की बहुत यूनियन बनी हुई है, जे इंडस्ट्री की गल करोगे बेरोजगार यूनियन की गल करोगे कोई भी यूनियन गल करो। गल रोपड़ साहब ने कही है ना उन्होंने कोई भी संघर्ष में रहे ने उन्होंने कुछ जाति तजर्बे होंगे उन्होंने कोई इदा चीज़ देखी होगी, पर मेरा तजर्बा इससे उल्टा है। मैं दो चार बार जो बड़िया जथेबंदियों इकट्ठे करने की कोशिश की, एक बार एडिड स्कूल टीचर ने 2005 इकट्ठे किया तो साडा कट पहले नाल भी कितने ज़्यादा होया सी। हुण मेरी बेसिक संबंध पंजाब चंडीगढ़ कॉलेज टीचर यूनियन नाल रहा, कल असी पंजाब फैडरेशन की कर रहे मैंने पता पहले नाल ज़्यादा लोग इकट्ठे होंगे, पर असं इस गल दे विच इंश्योर करके चलते हैं कि साडी जथेबंदियां दे विच कोई भी पोलीटिकल पार्टी का बंदा भारू नहीं होंदा, वो मैंबर के तौर पर आउंदा नाल तुरदा अध्यापक के तौर पर तुरदा अपनी राजसी सोच कोई थोप नहीं सकता। असल में मैं तुहाडे नाल यह गल शेयर कर सकदा कि मैं इस जिहड़े असी 5 सितंबर के दिहाड़े से मैं चाहता सी कि स्कूल टीचर जोड़े बहुत संघर्ष कर रहे उन्होंने कट्ठे लिया सके, पर एक मजबूरी हो गई साड़ी जी यूनिवर्सिटी के कॉलेज की जथेबंदियां उन्होंने इलैक्शन सी तो मैं पता नहीं सी मैं किसी कॉन्फिडेंस लवा, पर असी इस पासे सोच रहे हैं और बई जो अध्यापक जथेबंदियां स्कूलों कॉलेजों यूनिवर्सिटी वाले कट्ठे कर सके तो फिर उस तो बाद असं विद्यार्थियों को अप्रोच करा प्रिंसीपल जथेबंदियां ना मैं 2-4 बार गल कर चुका कि अपनियां मंगां दे नालों भी उभर के जो पंजाब के मसले वे तो आपको कुछ करने। ठीक है सदेश रोपड़ राजसी सोच है ना जी जुड़न नहीं दी नहीं वो नहीं गल मैं ना प्रोफेसर साहब की एक गल प्रोफेसर मेरी गल का माइंड करे मैं एक गल कहनी चाहूँगा मैनू नहीं पता भी ये उस जथेबंदी नाल ने जी इन्हों प्रोफेसर की गौरमेंट की जोड़े प्रोफेसर की यूनियन है मैं भी उन्होंने पंजाब के ड्यूटी मुलाजम संघर्ष कमेटी के नाल जुड़िया रहा, पर मैं अफसोस ना मैं कहना पैंता उन्होंने चो एक ही प्रोफेसर बोलन आते बाकी कदे इकट्ठे होकर आए नहीं प्रोग्रामा दे विच। मैं तुहानू पहला भी यह गल इशू टच किया जो असी कट्ठे होके प्लेटफार्म बनाउने आ रिस्पोंसिबिलिटी खत्म हो जांदी है, असी बोलन जरूर आउंदा सी असी उन्हां नूं बराबर दा मान सत्कार दिंदे सी पर ओह जो उन्हां दी उहदे विच शमूलियत बणदी सी ओह नहीं बणी। तुहाडी इस गल नाल सहमत आ कि जिहड़ी दूजे मुलाजमां दी जथेबंदियां उन्हां च अध्यापक लहर दे जिहड़े आगू आ उन्हां दी कोई शिरकत नहीं रही, पर जिहड़ी अध्यापक दी अलग अलग जथेबंदियां उहदे नाल शिरकत पूरी रही। ठीक है राजवल साहब हुण आपां चर्चा समाप्त करन वाले आ, राजवल साहब ये राजसी सोच वाला एक शब्द जिहड़ा विच आया हैगा राजसी सोच जिहड़ी भारू रहिंदी हैगी है, अक्सर यह कहा जाता है कि गवर्नर है जिहड़ा गवर्नर ते भी राजसी सोच भारू हैगी है, ये तुहाडी मंग पत्र है जिहड़ा वो सही हत्थां तक पहुँचेगा उत्थों तक की कार्रवाई होवेगी, गवर्नर हाउस है जाना सिर्फ एक मीडिया में आउण दा शगूफा तां नहीं। मैनू अफसोस है तुसीं सारी इस एक्सरसाइज नूं शगूफा कह के सारे पंजाब विच इक हलचल पैदा कर दित्ती है मेमोरेंडम भेज के गवर्नर कोल असीं बाद च आए हां और इन्हां नूं कहण आए हां वी पंजाब दे विच हुण हलचल पैदा होगी काबू नहीं होनी तो ये नहीं है गवर्नर को मेमोरेंडम देता कहानी खत्म होगी अगला हुण शुरू करांगे अगला मोदी का भी शुरू करना है हाँ। एक पार्टी नाल बजे हुए हाँ असी जिहड़ा जो कुछ पिछले 4.5 साल विच मोदी सरकार ने कीता है मैनीफेस्टो चक के उहदे ते भी करना है। चीमा मंडी टप्पन दे देंगे तुहानू कोई सानू तुसी कह रहे हो मोदी दा विरोध करना नहीं नहीं सानू कोई नहीं रोक सकदा एड्डी नहीं गल है ए नहीं तुसी हर गल जिहड़ी जे किते दो कदम पिछे हटना पै गया उहनू मूहरे रख के ना करो असी बड़े सफल अंदोलन लड़े ने इत्थे ए तां नहीं इक अज्जे तुहानू लगदा वी सरकारां नूं सुनना पवेगा हुण सुनना पवेगा जिस तरह के हालात बन रहे ने इस वेले सारे पंजाब जिदा लोगों च गुस्सा है सरकारां प्रति लोग महसूस कर लगे ने भी जिहड़ा भी आउंदा है वह लोगों लारे ला के एक उकसा के उन्हें कैश करके तुर जांदा है। तो मैनू पिछले दिन ही मैं एक कहना नहीं सी चाहुंदा मैं एक गल कहा मैं पिछले दिन ही कोई पुछदा है कांग्रेसी लीडर बुला के भी हुण आ जिहड़ी रिपोर्ट पेश करती इहदे नाल अकालियां दा तां कख रहना नहीं मैं कहा फायदा तुहानू भी नहीं होना आ जिहड़े तीए लड़ी जांदे लोक तां तुत्ते दोहां ते ही औखे ने अकाली कांग्रेसियों तो भी औखे अकाली बीजेपी तो भी औखे ने लोग कांग्रेस तो भी औखे ने आ जिहड़े तीजे ने उइयों लड़ी जांदे ने जिहड़े जे इकट्ठे हो गए लोगों ने तुहानू माज देना इन्हां नूं लिया देना लोग तो इन्ने औखे ने लोग इन्हां दे भी सके नहीं लोग कहिंदे ने भी ये जिहड़े पुराने ने ना घैंट जिहड़े सियासतदान पहले इन्हां नूं सब सिखाओ उन्हां दी पेश नहीं जांदी
तो इस करके हालात पंजाब दे नहीं सारे देश दे बदल रहे ने बहुत तेजी नाल। राजेवाल साहब नूं उम्मीद जाप रही है? हाँ बिल्कुल जाप रही, बिल्कुल मैं आस डॉक्टर जगवंत सिंह जी इन्हां नूं आस हैगी है सरकारां नूं कुछ करना पवेगा। डॉक्टर जगवंत सिंह मैं फिर उस सवाल ते वापस आ जांदा क्योंकि सरकारां तां कर्जे च डुब्बियां होईयां ਤੇ ਜਦੋਂ ਸਵਾਲ ਇਹ ਹੁੰਦਾ ਕਿ ਸਰਕਾਰਾਂ ਕਰਜ਼ੇ ਡੁੱਬੀਆਂ ਤੇ ਕਿਸਾਨ ਸਵਾਲ ਪੁੱਛਦਾ ਕਿ ਕਾਰਪੋਰੇਟ ਘਰਾਣੇ ਦੇ ਤੁਸੀਂ ਕਰਜ਼ੇ ਮਾਫ ਕਰ ਦਿੰਦੇ ਹੋ ਸਾਡੇ ਵਾਰੀ ਤੁਹਾਨੂੰ ਕੀ ਹੋ ਜਾਂਦਾ? ਮੈਂ ਕੇਪੀ ਜੀ ਇੱਕ ਗੱਲ ਵਿਚਾਲੇ ਕੱਟ ਕੇ ਕਹਿ ਦਿਆਂ 2019 ਇਲੈਕਸ਼ਨ ਦਾ ਸਾਲ ਹੈ, ਕੁਰਸੀ ਵਾਸਤੇ ਪੋਲੀਟੀਸ਼ੀਅਨ ਕੁਛ ਵੀ ਕਰਨ ਲਈ ਤਿਆਰ ਹੁੰਦਾ, ਇਹਨਾਂ ਦੀ ਮਜਬੂਰੀ ਹੋਏਗੀ ਲੋਕਾਂ ਨੂੰ ਸੰਤੁਸ਼ਟ ਕਰਨਾ, ਨਹੀਂ ਕਰਨਗੇ ਲੋਕ ਮਾਂਜ ਦੇਣਗੇ। ਹਰ ਜਗਵੰਤ ਸਿੰਘ ਜੀ ਸਵਾਲ ਨਾਲ ਲੈ ਲਿਓ। ਜਿਹੜੀ ਗੱਲ ਜਿਹੜਾ ਵੀ ਕੋਈ ਬੰਦਾ ਹੈ ਜਿਹੜੇ ਵੀ ਜਥੇਬੰਦੀ ਸੰਘਰਸ਼ ਵਿੱਚ ਆਉਂਦੀ ਹੈ ਉਹ ਕਿਸੇ ਉਮੀਦ ਨਾਲ ਆਉਂਦੀ ਹੈ ਔਰ ਕਹਿ ਮੈਂ ਤਾਂ ਇਹ ਵੀ ਗੱਲ ਕਰਦਾ ਵੀ ਕਈ ਵਾਰ ਲੋਕ ਉਸ ਉਹ ਵੀ ਸੰਘਰਸ਼ ਕਰਦੇ ਜਿੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਉਮੀਦ ਨਹੀਂ ਹੁੰਦੀ ਕਿਉਂਕਿ ਉਹਨਾਂ ਦਾ ਕਹਿਣਾ ਬਣਦਾ ਹੁੰਦਾ ਇਸ ਕਰਕੇ ਉਹ ਕਹਿੰਦੇ ਨੇ। ਸਰਕਾਰਾਂ ਨੂੰ ਕਿਸੇ ਨਾ ਕਿਸੇ ਮੌਕਿਆਂ ਗੱਲਾਂ ਸੁਣਨਾ ਪੈਣਾ। ਹਾਂ ਮੈਂ ਇਹ ਗੱਲ ਕਹਿ ਸਕਦਾ ਕਿ ਇਸ ਮੌਕੇ ਦਾ ਜੋ ਪਿਛਲੇ ਇੱਕ ਡੇਢ ਸਾਲ ਦੇ ਵਿੱਚ ਕੈਪਟਨ ਸਰਕਾਰ ਦਾ ਮੈਂ ਕੰਮ ਦੇਖਦਾ ਉਹ ਲੋਕਾਂ ਨਾਲ ਰਾਖਤਾ ਛੱਡੀ ਬੈਠੇ ਨੇ, ਕਿਸੇ ਗੱਲਬਾਤ 'ਚ ਨਹੀਂ ਪੈਂਦੇ, ਆਪਣੇ ਲੈਵਲ 'ਤੇ ਫੈਸਲੇ ਕਰ ਰਹੇ। ਸਾਰੇ ਜਥੇਬੰਦੀਆਂ ਦਾ ਇਹ ਤਜਰਬਾ ਹੈ, ਬੜਾ ਅਜੀਬੋ ਗਰੀਬ ਤਜਰਬਾ ਹੈ ਕਿ ਸਰਕਾਰ ਕਿਸੇ ਲੈਵਲ 'ਤੇ ਵੀ ਲੋਕਾਂ ਨਾਲ ਬੈਠ ਕੇ ਗੱਲ ਨਹੀਂ ਕਰਨਾ ਚਾਹੁੰਦੀ। ਜੇ ਕਿਸਾਨਾਂ ਨੇ ਬੈਠ ਕੇ ਗੱਲ ਕੀਤੀ ਜਾਵੇ ਵੀ ਤੁਹਾਡਾ ਆਹ ਕਰਜ਼ਾ ਸਾਡਾ ਆਹ ਕਰਜ਼ਾ, ਅਸੀਂ ਇਸ ਸਕੀਮ 'ਚ ਇੰਨਾ ਕਰ ਪਾਵਾਂਗੇ ਇੰਨਾ ਨਹੀਂ ਕਰ ਪਾਵਾਂਗੇ, ਤਾਂ ਉਸ ਵਿੱਚੋਂ ਵੀ ਕੋਈ ਹੱਲ ਨਿਕਲ ਸਕਦਾ ਕਿ ਆਪਾਂ ਨੂੰ ਕਿਸ ਤਰੀਕੇ ਨਾਲ ਚਲਾਉਣਾ। ਪਰ ਜੇ ਗੱਲਬਾਤ ਹੀ ਨਹੀਂ ਕਰਨੀ ਤਾਂ ਲੋਕਾਂ ਕੋਲ ਫਿਰ ਸੰਘਰਸ਼ ਤੋਂ ਇਲਾਵਾ ਅਤੇ ਵਿਰੋਧ ਤੋਂ ਇਲਾਵਾ ਕੋਈ ਚਾਰਾ ਕੀ ਰਹਿ ਜਾਂਦਾ? ਨਹੀਂ ਮੈਂ ਸਵਾਲ ਕੀਤਾ ਸੀ ਜਦੋਂ ਕਿਸਾਨ ਕਹਿੰਦੇ ਆ ਕਿ ਕਾਰਪੋਰੇਟ ਘਰਾਣਾ ਦਾ ਕਰਜ਼ਾ ਤੁਸੀਂ ਮਾਫ਼ ਕਰ ਸਕਦੇ ਹੋ, ਉਹਨਾਂ ਨੂੰ ਤੁਸੀਂ ਛੱਡ ਸਕਦੇ ਹੋ, ਸਾਡੇ ਵਾਰੀ ਤੁਹਾਨੂੰ ਕਿਸੇ ਦਾ ਤੁਹਾਨੂੰ ਸਾਡੇ ਵਾਰੀ ਪੰਡ ਭਰੀ ਲੱਗਣਾ ਪੈਂਦਾ। ਮੈਂ ਉਸ ਗੱਲ ਨਾਲ ਸਹਿਮਤ ਹਾਂ ਕਿ ਜਿਹੜਾ ਕਿਸਾਨਾਂ ਦਾ ਕਰਜ਼ਾ ਆ ਔਰ ਜੋ ਇੰਡਸਟਰੀ ਦਾ ਕਰਜ਼ਾ ਹੈ ਬਿਲਕੁਲ ਅਲੱਗ ਅਲੱਗ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ। ਮੈਂ ਇੱਥੇ ਪਹਿਲਾਂ ਇੱਕ ਵਾਰ ਗੱਲ ਕਹੀ ਸੀ ਔਰ ਮੈਂ ਹੁਣ ਮੈਨੂੰ ਨਜ਼ਰ ਆ ਰਿਹਾ ਕਿ ਮਨਪ੍ਰੀਤ ਬਾਦਲ ਉਸ ਗੱਲ ਨੂੰ ਚੁੱਕ ਰਹੇ ਆ ਕਿ ਅਕਾਲੀ ਦਲ ਜਾਂਦੇ ਹੋਏ ਅਖੀਰਲੇ ਇੱਕ ਹਫ਼ਤੇ 'ਚ ਉਹਨੇ ਦੋ ਲੋਨ ਚੁੱਕੇ ਜਿਹਨਾਂ 'ਚੋਂ ਇੱਕ ਜਿਹੜੀ ਫੂਡ ਗ੍ਰੇਨ ਦੀ ਕਹਿ ਲਾ ਫਿਜ਼ੀਕਲ ਵੈਰੀਫਿਕੇਸ਼ਨ ਨਹੀਂ ਹੋ ਸਕੀ। ਹੁਣ ਉਹ ਕਹਿੰਦੇ ਵੀ 31,000 ਦੇ 32,000 ਦੇ ਇਸ ਕਰੋੜ ਦੇ ਕਰ ਆਪਣੇ ਕਰਜ਼ੇ ਬਾਰੇ ਗੱਲ ਕਰੋ। ਉਹ ਕਰਜ਼ਾ ਪੰਜਾਬ ਦਾ ਸੀ ਨਹੀਂ, ਉਹਨੂੰ ਪੰਜਾਬ ਦਾ ਕਰਜ਼ਾ ਬਣਾ ਦਿੱਤਾ ਗਿਆ। ਦੂਜਾ ਵੀ 19,000 ਦੇ ਵਿੱਚੋਂ 19,000 ਨਹੀਂ ਸੀ ਬਣਦਾ, ਘੱਟ ਬਣਦਾ ਸੀ, ਉਹ ਵੀ ਕਰਜ਼ਾ ਬਣਾ ਦਿੱਤਾ ਗਿਆ। ਤਾਂ ਇੱਕ ਪਾਰਟੀ ਨੇ ਜੇ ਜਾਣ ਲੱਗੇ ਸੋਚਣਾ ਕਿ ਮੇਰੀ ਸਰਕਾਰ ਚੱਲੀ ਹੈ ਅਤੇ ਇੱਕ ਹਫ਼ਤੇ ਵਿੱਚ ਕਰ ਦਿਓ, ਉਹ ਸਿਸਟਮ ਵੀ ਲੋਕਾਂ ਨੂੰ ਅਲਟੀਮੇਟਲੀ ਦੇਖਣਾ ਪੈਣਾ, ਰਾਜਸੀ ਪਾਰਟੀ ਨੇ ਇੱਦਾਂ ਕੰਮ ਕਰਨ ਦੇਣਾ ਕਿ ਨਹੀਂ ਕਰਨ ਦੇਣਾ। ਠੀਕ ਹੈ ਰਾਜਵਾਲ ਸਾਹਿਬ, ਇੱਕ ਆਖਰੀ ਸਵਾਲ ਤੁਹਾਨੂੰ ਕਰਨਾ ਫਿਰ ਮੈਂ ਚਰਚਾ ਸਮਾਪਤ ਕਰਨੀ। ਰਾਜਵਾਲ ਸਾਹਿਬ ਤੁਸੀਂ 6,00,000 ਕਿਸਾਨਾਂ ਤੋਂ ਦਸਤਖਤ ਕਰਵਾਏ ਆ, ਤੁਸੀਂ ਇੱਕ ਲਹਿਰ ਇਹੋ ਜਿਹੀ ਕਿਉਂ ਨਹੀਂ ਛੇੜਦੇ ਕਿ ਤੁਸੀਂ ਕਿਸਾਨਾਂ ਨੂੰ ਇਹ ਸਮਝਾ ਸਕੋ ਕਿ ਖੁਦਕੁਸ਼ੀ ਕੋਈ ਰਾਹ ਨਹੀਂ ਹੈਗਾ, ਖੁਦਕੁਸ਼ੀ ਆਖਰੀ ਹੱਲ ਨਹੀਂ ਹੈਗਾ, ਇਹ ਸਮਝਾ ਸਕਦੇ ਆ ਕਿ ਇੰਨਾ ਮਜਬੂਰ ਹੋ ਗਿਆ ਕਿਸਾਨ? ਗੱਲ ਸਮਝੋ, ਇਹ ਇੱਕ ਐਸੀ ਬਿਮਾਰੀ ਹੈ ਜਿਹੜਾ ਬੰਦਾ ਫਸਿਆ ਹੁੰਦਾ ਨਾ ਉਹਨੂੰ ਹੋਰ ਕੁਝ ਨਹੀਂ ਸੁੱਝਦਾ, ਪਤਾ ਨਹੀਂ ਕਿਉਂ ਫਿਰ ਉਹ ਮੌਤ ਨੂੰ ਗਲੇ ਲਾ ਲੈਂਦਾ। ਇਹ ਕੋਈ ਅਸੀਂ ਬਾਰ ਬਾਰ ਖੁਦਕੁਸ਼ੀ ਤੇ ਇਸ ਕਰਕੇ ਹੋ ਜਾਂਦੀ ਕਿ ਬੰਦਾ ਇਹ ਖੁਦਕੁਸ਼ੀ ਅੰਦਰ ਘੁੰਮ ਰਿਹਾ ਹੁੰਦਾ, ਕਿਸੇ ਨਾਲ ਗੱਲ ਨਹੀਂ ਕਰਦਾ। ਤੁਸੀਂ ਸਗੋਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਹੋਰ ਵੱਡੀ ਮੁਸੀਬਤ ਵਿੱਚ ਫਸਾ ਜਾਂਦੇ ਹੋ। ਰਿਸ਼ਤੇਦਾਰ 4 ਦਿਨ ਪੁੱਛਦੇ ਨੇ, ਉਹਦੇ ਬਾਅਦ ਉਹ ਰੁੜਦੇ ਨੇ, ਕੋਈ ਨਹੀਂ ਪੁੱਛਦਾ, ਕੋਈ ਕਿਸੇ ਹਰੇਕ ਨੂੰ ਆਪਣਾ ਘਰ ਤੱਕ ਫਿਕਰ ਹੁੰਦਾ। ਅਸੀਂ ਬਾਰ ਬਾਰ ਇਹ ਗੱਲ ਕਹਿੰਦੇ ਹਾਂ ਪਰ ਫਿਰ ਵੀ ਹਾਲਾਤ ਇੰਨੇ ਮਾੜੇ ਨੇ, ਪਤਾ ਨਹੀਂ ਅਨਪੜ੍ਹਤਾ, ਇੱਕ ਤਾਂ ਅਨਪੜ੍ਹਤਾ, ਦੂਜਾ ਗਰੀਬੀ, ਉਹ ਭਵਿੱਖ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ, ਫਿਰ ਇਹ ਐਡਾ ਘਟੀਆ ਕਦਮ ਚੁੱਕਦੇ ਨੇ, ਇਹਦਾ ਅਫਸੋਸ ਹੀ ਆ, ਕੀ ਕਰ ਸਕਦੇ ਤੁਸੀਂ? ਚਲੋ ਬਹੁਤ ਧੰਨਵਾਦ ਰਾਜਵਾਲ ਸਾਹਿਬ, ਤੁਹਾਡਾ ਸੰਦੇਸ਼ ਰੋਪੜ, ਤੁਹਾਡਾ ਮਾਲਵ ਸਿੰਘ ਅੰਕ, ਤੁਹਾਡਾ ਡਾਕਟਰ ਜਗਵੰਤ ਸਿੰਘ, ਤੁਹਾਡਾ। ਅਸੀਂ ਸੰਜੀਦਾ ਚਰਚਾ ਕੀਤੀ ਹੈ, ਕੋਸ਼ਿਸ਼ ਕੀਤੀ ਹੈ ਕਿ ਕੋਈ ਨਿਚੋੜ ਨਿਕਲੇ, ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਆ ਜਿਹੜਾ ਅਨਾਊਂਸ ਕਰਨਾ ਪਵੇਗਾ, ਘੋਸ਼ਿਤ ਕਰਨਾ ਪਵੇਗਾ, ਤਾਂ ਹੀ ਸ਼ਾਇਦ ਕੋਈ ਹੱਲ ਨਿਕਲ ਸਕਦਾ ਹੈਗਾ। ਜੇ ਸਰਕਾਰਾਂ ਕਹਿੰਦੀਆਂ ਹੈਗੀਆਂ ਕਿ ਸਾਡੇ 'ਤੇ ਕਰਜ਼ੇ ਦਾ ਭਾਰ ਬਹੁਤ ਜ਼ਿਆਦਾ ਹੈਗਾ ਤਾਂ ਕਿਸਾਨ ਜਿਹੜਾ ਮਰ ਰਿਹਾ ਹੈਗਾ ਉਹ 'ਤੇ ਸਿਰਫ ਅਫਸੋਸ ਜਿਤਾ ਕੇ ਅਸੀਂ ਪਾਸੇ ਨਹੀਂ ਹੋ ਸਕਦੇ, ਇਸ ਕਿਸਾਨ ਖੁਦਕੁਸ਼ੀ ਨੂੰ ਰੋਕਣਾ ਪਵੇਗਾ। ਜੇ ਕਿਸਾਨ ਦੇ ਉੱਤੇ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ ਤਾਂ ਉਹ ਕਰਜ਼ੇ ਦਾ ਭਾਰ ਹੌਲਾ ਕਰਨਾ ਪਵੇਗਾ, ਨੀਤੀਆਂ ਇਹੋ ਜਿਹੀਆਂ ਬਣਾਉਣੀਆਂ ਪੈਣਗੀਆਂ ਕਿ ਗਵਰਨਰ ਹਾਊਸ ਤੱਕ ਨਾ ਜਾਣਾ ਪਵੇ, ਨਾ CM ਹਾਊਸ ਤੱਕ ਜਾਣਾ ਪਵੇ, ਨਾ ਕੇਂਦਰ ਸਰਕਾਰ ਦਾ ਘਰਾਓ ਕਰਨਾ ਪਵੇ, ਨਹੀਂ ਤਾਂ ਲੋਕ ਲਹਿਰ ਖੜੀ ਹੋਗੀ। ਤਾਂ ਇਹ ਕਾਨੂੰਨ ਲਈ ਵੀ ਚੁਣੌਤੀ ਹੈਗੀ ਹੈ, ਸਰਕਾਰਾਂ ਲਈ ਚੁਣੌਤੀ ਤਾਂ ਹੈਗੀ ਹੈ, ਫਿਰ ਹੱਲ ਹੈ ਜਿਹੜਾ ਉਹ ਨਿਕਲਦਾ ਦਿਖਾਈ ਨਹੀਂ ਦਿੰਦਾ, ਫਿਰ ਚਰਚਾ ਇਹੀ ਹੋਵੇਗੀ ਕਿ ਲੋਕ ਲਹਿਰ ਖੜੀ ਹੋ ਜਾਵੇਗੀ, ਸਰਕਾਰਾਂ ਕਰਨਗੀਆਂ ਕੀ, ਅਤੇ ਸਰਕਾਰਾਂ ਅੱਗੇ ਸਵਾਲ ਹੈ ਜਿਹੜਾ ਪਹਿਲੀ ਵਾਰ ਨਹੀਂ ਬਹੁਤ ਵਾਰ ਪੁੱਛਿਆ ਜਾਵੇਗਾ, ਪਰ ਆਉਂਦੇ ਸਾਲ ਹੈ ਸਰਕਾਰ ਲਈ ਵੱਡੀਆਂ ਪਰੇਸ਼ਾਨੀਆਂ ਲੈ ਕੇ ਆ ਰਹੇ ਨੇ। ਬਹੁਤ ਧੰਨਵਾਦ।